ਦੁਪਹਿਰ ਵਾਲਾ ਸ਼ੋਅ ਜਿਸ ਦੇ ਵਿੱਚ ਇਨਕ੍ਰੈਡੀਬਲ ਡੈਡ ਸੀਰੀਜ਼ ਤੁਹਾਡੇ ਵਾਸਤੇ ਇਸ ਹਫਤੇ ਅਸੀਂ ਪੇਸ਼ ਕਰ ਰਹੇ ਹਾਂ ਕਿਉਂ ਪੇਸ਼ ਕਰ ਰਹੇ ਹਾਂ ਕਿਉਂਕਿ ਫਾਦਰਸ ਡੇ ਹੈ ਇਸ ਸੰਡੇ ਨੂੰ ਔਰ ਜਿਨ੍ਹਾਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਉਹਨਾਂ ਸ਼ਖਸੀਅਤਾਂ ਦੇ ਬਹੁਤ ਹੀ ਡਿਫਰੈਂਟ ਪਰਸਨੈਲਿਟੀ ਦੇ ਐਸਪੈਕਟ ਜਿਹੜੇ ਪੱਖ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਆ ਤੁਸੀਂ ਉਹਨਾਂ ਨੂੰ ਸੈਲਬ੍ਰਿਟੀਜ਼ ਵਜੋਂ ਜਾਣਦੇ ਹੋ ਤੁਸੀਂ ਉਹਨਾਂ ਨੂੰ ਐਂਟਰਟੇਨਰਸ ਵਜੋਂ ਜਾਣਦੇ ਹੋ ਇਹਨਾਂ ਵਿੱਚੋਂ ਕਈ ਲੇਖਕ ਨੇ ਕਈ ਖੇਡਾਂ ਦੀ ਦੁਨੀਆ ਨਾਲ ਜੁੜੇ ਹੋਏ ਨੇ ਪਰ ਜਿਹੜਾ ਪੱਖ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਉਹ ਪੱਖ ਹੈ ਇੱਕ ਫਾਦਰ ਹੋਣ ਦਾ ਪੱਖ ਆਪਣੇ ਫਾਦਰਜ਼ ਨਾਲ ਉਹਨਾਂ ਦੀਆਂ ਰਿਲੇਸ਼ਨਸ਼ਿਪਸ ਤੇ ਆਪਣੇ ਬੱਚਿਆਂ ਨਾਲ ਜਿਹੜੀਆਂ ਉਹਨਾਂ ਦੀਆਂ ਰਿਲੇਸ਼ਨਸ਼ਿਪਸ ਨੇ ਉਸ ਨੂੰ ਅਸੀਂ ਉਭਾਰ ਰਹੇ ਆ ਤੇ ਅੱਜ ਦੇ ਸਾਡੇ ਖਾਸ ਮਹਿਮਾਨ ਤੁਹਾਡੇ ਨਾਲ ਕੱਲ ਦਾ ਵਾਅਦਾ ਕੀਤਾ ਹੋਇਆ ਹੈ ਕਿ ਰਾਣਾ ਰਣਵੀਰ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀਆਂ ਫਿਲਮਾਂ ਰਾਹੀਂ ਜਾਣਦੇ ਹੋ ਉਹਨਾਂ ਦੀਆਂ ਲਿਖਤਾਂ ਰਾਹੀਂ ਜਾਣਦੇ ਹੋ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਰਾਣਾ ਰਣਵੀਰ ਨਾਲ ਅੱਜ ਪ੍ਰੋਮਿਸ ਨਾ ਫਿਲਮਾਂ ਬਾਰੇ ਗੱਲ ਹੋਣੀ ਹੈ ਨਾ ਉਹਨਾਂ ਦੀਆਂ ਕਿਤਾਬਾਂ ਬਾਰੇ ਗੱਲ ਹੋਣੀ ਹੈ ਨਾ ਉਹਨਾਂ ਦੀਆਂ ਲਿਖਤਾਂ ਬਾਰੇ ਗੱਲ ਹੋਣੀ ਹੈ ਗੱਲ ਹੋਣੀ ਉਹਨਾਂ ਦੀ ਬੇਟੀ ਤੇ ਬੇਟੇ ਨਾਲ ਜੋ ਉਹਨਾਂ ਦੀ ਖਾਸ ਰਿਲੇਸ਼ਨਸ਼ਿਪ ਹੈ ਉਸ ਬਾਰੇ ਰਣਪਜੀ ਬਹੁਤ-ਬਹੁਤ ਸਵਾਗਤ ਹੈ ਕੀ ਹਾਲ ਚਾਲ ਬਹੁਤ-ਬਹੁਤ ਸ਼ੁਕਰੀਆ ਤਰਨਮ ਔਰ ਜਿੰਨੇ ਵੀ ਆਪਾਂ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦੁਆ ਸਲਾਮ ਤੁਸੀਂ ਤਾਂ ਸਿਰਤ ਨੂੰ ਨਾਲ ਲੈ ਕੇ ਆਉਣਾ ਸੀ ਸਿਰਤ ਕਿੱਥੇ ਰਹਿ ਗਈ ਤੁਸੀਂ ਕੁੜੀ ਪਾਣੀ ਕਿੱਥੇ ਲਕੋਤੀ ਸਿਰਤ ਇੱਕ ਸੈਕਿੰਡ ਪਹਿਲਾਂ ਇੱਥੇ ਸੀ ਤੇ ਹੋਣ ਸਾਡੇ ਵਿਚਾਲੇ ਨਹੀਂ ਪਤਾ ਨਹੀਂ ਕਿੱਥੇ ਗਈ ਕੋਈ ਗੱਲ ਨਹੀਂ ਸਿਰਤ ਵੀ ਹੁਣੇ ਆ ਜਾਂਦੀ ਹੈ ਸਿਰਤ ਦਾ ਜਦੋਂ ਜਨਮ ਹੋਇਆ ਉਹ ਮੋਮੈਂਟ ਯਾਦ ਆ ਤੁਹਾਨੂੰ ਬਹੁਤ ਸੈਂਕੇ ਤਰੀਕੇ ਨਾਲ ਤੁਸੀਂ ਕਿਹਾ ਮੇਰੇ ਹੋਣੀ ਹੈ ਮਤਲਬ ਕੀ ਹੁੰਦੀ ਹੈ ਨਾ ਕਿਹੜੇ ਬੰਪ ਕਹਿੰਦੇ ਗੂਸ ਬੰਪਸ ਗੂਸ ਬੰਪਸ ਹੋ ਗਏ ਰੌਂਗ ਤੇ ਖੜੇ ਹੋ ਗਏ ਮਾਨ ਹਾਓ Oh so, that's I love you, love you. <laughs> thank you thank you surprise for you so May nice you Oh love. that thank you. is so thank beautiful like <laughs> <laughs> some roses so i was like let me get yeah. him So know. Seerat ne uh, ek surprise ditta Rana Ranbir ji nu apne dad nu te oh surprise e hai ke ek bukket red roses da le a ke fathers day hey, wish kita mainu nahi pata si par bahut vadiya favorite Oh thank you thank you ਲਵ ਯੂ ਸੀਕਰਟ ਕਮਾਲ ਹੈ ਇਹ ਸੀਕਰਟ ਲੁਕਉਣ ਦੇ ਵਿੱਚ ਤੁਸੀਂ ਮਾਹਰ ਹੋ ਆਈ نو ਦੈਟਸ ਅ ਕੁਇਟ ਕੁਇਟ ਸਰਪ੍ਰਾਈਜ਼ ਉਹਨਾਂ ਦਾ ਚਿਹਰੇ ਤੋਂ ਪਤਾ ਲੱਗਦਾ ਕਿ ਉਹ ਬਹੁਤ ਸਰਪ੍ਰਾਈਜ਼ ਨੇ ਹਾਂ ਸੀਰਤ ਨਾਲ ਮੈਂ ਜਵਾਬ ਤਿਆਰ ਕਰ ਰਹੀ ਸੀ ਜਵਾਬ ਅਸੀਂ ਡੈਫੀਨਿਟਲੀ ਸੁਣਨਾ ਚਾਹੁੰਦੇ ਆ ਕਿ ਜਦੋਂ ਸੀਰਤ ਦਾ ਜਨਮ ਹੋਇਆ ਪਹਿਲਾ ਬੱਚਾ ਤੇ ਉਹ ਵੀ ਪਹਿਲੀ ਕੁੜੀ ਔਰ ਦੁਆਵਾਂਾਂ ਕਰੀਦੀਆਂ ਨੇ ਕਿ ਪਹਿਲਾ ਬੱਚਾ ਨਾ ਜਿਹੜਾ ਉਹ ਕੁੜੀ ਹੋਵੇ ਘਰ ਦੇ ਵਿੱਚ ਕਿਉਂਕਿ ਘਰ ਦਾ ਜਿਹੜਾ ਮਾਹੌਲ ਹੈ ਨਾ ਉਸ ਨੂੰ ਬਦਲਣ ਦੇ ਵਿੱਚ ਬੱਚਿਆਂ ਬੱਚਿਆਂ ਦਾ ਬਹੁਤ ਵੱਡਾ ਹੱਥ ਹੁੰਦਾ। ਸੋ ਜਦੋਂ ਜਨਮ ਹੋਇਆ ਸੀ ਰਤ ਦਾ ਤਾਂ ਮੈਨੂੰ ਦੱਸੋ ਉਹ ਪਲ ਕਿਹੋ ਜਿਹਾ ਸੀ। ਅਬ ਮੈਂ ਤੇ ਦਵਿੰਦਰ ਸਾਡੀ ਇਹ ਇੱਛਾ ਸੀ ਕਿ ਸਾਡੇ ਕੋਲੇ ਬੇਟੀ ਆਵੇ ਪਹਿਲਾਂ ਆਵੇ ਤੇ ਅਸੀਂ ਪਰ ਨਾ ਸੋਚ ਰੱਖੇ ਸੀ ਵੀ ਕੁਦਰਤ ਨੇ ਜੋ ਦੇਣਾ ਵੀ ਪਹਿਲਾਂ ਤਾਂ ਬੇਟੀ ਦਾ ਨਾਂ ਹੀ ਸੀ ਜੇ ਬੇਟੀ ਹੋਈ ਤਾਂ ਉਹਨੂੰ ਸੀਰਤ ਰੱਖਾਂਗੇ ਤੇ ਜੇ ਬੇਟਾ ਹੋਇਆ ਤਾਂ ਉਹਨੂੰ ਸਦਕ ਰੱਖਾਂਗੇ। ਅੱਛਾ ਸੋ ਸਾਡੇ ਕੋਲੇ ਬੇਟੀ ਆਈ ਤੇ 24 ਜੁਲਾਈ 1998 ਆ ਉਹ ਟਾਈਮ ਜਦੋਂ ਖਬਰ ਮਿਲੀ ਇਹਨੂੰ ਵੇਖਿਆ ਇਹਦਾ ਵੇਟ ਬਹੁਤ ਅੱਛਾ ਸੀਗਾ ਹੈਨਾ ਗੋਲੂ ਮੋਲੂ ਗੋਲੂ ਮੋਲੂ ਪਿੰਕ ਜੀ ਅੱਖਾਂ ਜੀਆਂ ਜਿਹਾ ਵਾਈਟ ਵਾਈਟ ਬੰਟਿਆਂ ਗੁਜ ਮੈਂ ਦੁਨੀਆ ਦੇਖਣ ਨੂੰ ਤਰਸੀ ਹੁੰਦੀ ਐ ਸੋ ਆਇਆ ਜਦੋਂ ਲੈ ਕੇ ਆਏ ਆ ਇਹਦੀ ਮਦਰ ਨੂੰ ਫੇਰ ਨਾ ਰੂਮ ਚ ਲੈ ਕੇ ਆਏ ਉੱਥੇ ਮੈਂ ਅੰਦਰ ਚਲੇ ਗਿਆ ਸੀ ਡਾਕਟਰ ਨੇ ਮੈਨੂੰ ਅੰਦਰ ਬੁਲਾ ਲਿਆ ਸੀਗਾ ਸੋ ਪਹਿਲਾਂ ਤਾਂ ਮੈਂ ਦਵਿੰਦਰ ਨੂੰ ਦੀ ਮਦਰ ਨੂੰ ਮਿਲਿਆ ਉਹ ਇੰਨੀ ਪੇਨ ਕਿਉਂਕਿ ਉਹਦੇ ਇਹਦੇ ਬਰਥ ਤੋਂ ਪਹਿਲਾਂ ਮੈਂ ਆ ਆ 5-3-4 ਘੰਟੇ ਖੜਕੇ ਦਵਿੰਦਰ ਨੂੰ ਪੇਨਸ ਦਵਾਈਆਂ ਆਪਣੇ ਮੋਢਿਆਂ ਦੇ ਉੱਤੇ ਤਾਂ ਮੇਰੇ ਮੈਨੂੰ ਉਦੋਂ ਪਤਾ ਲੱਗਿਆ ਕਿ ਪੇਨ ਹੁੰਦੀ ਆ ਬੱਚੇ ਨੂੰ ਦੁਨੀਆ ਤੇ ਲੈ ਕੇ ਆਉਣਾ ਕੀ ਹੁੰਦਾ ਜੀ ਥੈਨ ਫਿਰ ਮੈਂ ਆਪਣੇ ਪਾਪਾ ਨੂੰ ਫੋਨ ਕੀਤਾ ਜਾ ਕੇ ਨਾਲ STD ਤੇ ਬਾਹਰ ਆ ਕੇ ਮੈਂ ਫੋਨ ਮਲਾਇਆ ਮੈਂ ਪਾਪਾ ਨੂੰ ਪਾਪਾ ਜੀ ਕਹਿੰਦੇ ਹਾਂ 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 ਉਹਨਾਂ ਨੂੰ ਆਏ ਸੀ ਪਰ ਮੈਂ ਪਾਪਾ ਮੈਂ ਪਾਪਾ ਬਣ ਗਿਆ ਪਾਪਾ ਮੈਂ ਪਾਪਾ ਬਣ ਗਿਆ ਸੋ ਮੈਂ ਉਹ ਮੂਮੈਂਟ ਮੇਰੇ ਮੈਨੂੰ ਪਤਾ ਮੇਰੇ ਹੱਥ ਕੰਬ ਰਹੇ ਸੀ ਬੁੱਲ ਕੰਬ ਰਹੇ ਸੀ ਜਿਵੇਂ ਮੈਂ ਫਸਟ ਟਾਈਮ ਸਟੇਜ ਤੇ ਪਰਫਾਰਮੈਂਸ ਦੇਣ ਮਿਲੇ ਹੋਇਆ ਸੀ ਧੂਰੀ ਗੁਰਦੁਆਰਾ ਸਾਹਿ ਉਹ ਬਹੁਤ ਕੰਬਿਆ ਸੀ ਮੈਂ ਉਦੋਂ ਵੀ ਮੈਂ ਕੰਬ ਕੇ ਪਾਪਾ ਨਾਲ ਗੱਲ ਕੀਤੀ ਸੀ ਜਦੋਂ ਇਹਦੀ ਨਿਊਜ਼ ਦਿੱਤੀ ਕਿ ਸੀਰਤ ਆਈ ਹੈ ਉਹ ਪਤਾ ਸੀ ਉਹਨਾਂ ਨੂੰ ਵੀ ਜੇ ਬੇਟੀ ਹੋਈ ਤਾਂ ਸੀਰਤ ਹੋਊ ਤੇ ਜੇ ਬੇਟਾ ਹੋਇਆ ਤਾਂ ਸੈਦ ਕਹਤਾ ਸੀਗਾ ਸੀਰਤ ਆਈ ਹੈ ਹਾਏ ਕੀ ਬਾਤ ਹੈ ਸੀਰਤ ਪਹਿਲੀ ਜਿਹੜੀ ਮੈਮਰੀ ਹੈ ਬਚਪਨ ਦੀ ਫਾਦਰ ਤੇ ਡਾਟਰ ਦੀ ਜਿਹੜੀ ਰਿਲੇਸ਼ਨਸ਼ਿਪ ਹੁੰਦੀ ਹੈ ਨਾ ਬਾਪ ਬੇਟੀ ਦੀ ਉਹ ਬਹੁਤ ਖਾਸ ਹੁੰਦੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੁੰਦਾ ਸੋ ਉਸ ਰਿਲੇਸ਼ਨਸ਼ਿਪ ਦੀਆਂ ਜਿਹੜੀਆਂ ਪਹਿਲੀਆਂ ਯਾਦਾਂ ਨੇ ਬਚਪਨ ਦੀਆਂ ਉਹ ਕਿਹੜੀਆਂ ਨੇ ਆਈ ਮੀਨ ਮੇਰੀ ਆਪਾ ਕਹਿ ਸਕਦੇ ਆ ਕਿ इट्स ਅਵਰੀ ਨਾਰਮਲ ਥਿੰਗ ਰਾਈਟ ਮੇਰੀ ਜਿਹੜੀ ਪਹਿਲੀ ਯਾਦ ਆ ਜਿਹੜੀ ਮੈਂ ਆਪਣੀ ਪਿਕਚਰਸ ਵਿੱਚ ਵੀ ਦੇਖਦੀਆਂ ਚ ਬਚਪਨ ਦੀਆਂ ਉਹ ਹੁੰਦਾ ਕਿ ਜਦੋਂ ਮੈਂ ਰੁੱਸੀ ਹੁੰਨੀ ਆ ਪਾਪਾ ਮਨਾਉਣ ਆਉਂਦੇ ਨੇ ਥੈਟਸ ਇਟ ਜੇ ਕੋ ਮੈਨੂੰ ਜਿਵੇਂ ਆਈਸਕ੍ਰੀਮ ਚਾਹੀਦੀ ਆ ਖੁਸ਼ ਹੋ ਗਿਆ ਤੇ ਮੈਂ ਰੁੱਸ ਕੇ ਬੈ ਗਈ ਤਾਂ ਪਾਪਾ ਨੇ ਆ ਕੇ ਮੈਨੂੰ ਮਨਾਉਣਾ ਮੇਰੀ ਇੱਕ ਐਲਬਮ ਵਿੱਚ ਇੱਕ ਫੋਟੋ ਵੀ ਹੈ ਤੇ ਮੇਰੀ ਫੇਵਰਿਟ ਫੋਟੋ ਹੈ ਕਿ ਮੈਂ ਨਾ ਐਵੇਂ ਖੰਬੇ ਦੇ ਕੋਲੇ ਨਾ ਆਪਣੇ ਹੱਥ ਰੱਖ ਕੇ ਲੁੱਕਿਆ ਬੈਠੀ ਆ ਕਿ ਮੈਂ ਗੁੱਸੇ ਹੋਈ ਹੋਈ ਆ ਜਸਟ ਐਕਟਿੰਗ ਕਿ ਮੈਨੂੰ ਅਟੈਨਸ਼ਨ ਦੋ ਐਂਡ ਪਾਪਾ ਇਜ਼ ਲਾਈਕ ਉਹ ਤੁਹਾਨੂੰ ਮਨਾ ਰਹੇ ਨੇ ਕੋਲੇ ਤੇ ਬਹੁਤ ਸਾਰੀਆਂ ਹੋਰ ਨੇ ਲਾਈਕ ਪਾਪਾ ਹੈਜ਼ ਆਲਵੇਜ਼ ਬੀਨ ਅ ਫਰੈਂਡ ਕਦੇ ਵੀ ਜਿਵੇਂ ਮੇਰੀ ਮੇਰੀ ਫਰੈਂਡਸ ਵੀ ਨੇ ਰਾਈਟ ਉਹਨਾਂ ਦੇ ਵੀ ਪੇਰੈਂਟਸ ਹੁੰਦੇ ਨੇ ਜਿਵੇਂ ਉਹਨਾਂ ਦੇ ਵੀ ਪਾਪਾ ਤੇ ਉਹਨਾਂ ਜਿਹੜਾ ਡਿਸਟੈਂਸ ਹੁੰਦਾ ਤੇ ਉਹ ਕਦੇ ਮੈਨੂੰ ਸਮਝ ਨਹੀਂ ਆਇਆ ਸੀਗਾ ਕਿ ਵਾਈ ਸਮ ਡਾਟਰਸ ਆ ਡਿਸਟੈਂਟ ਫਰਮ देयर ਫਾਦਰਸ ਉਦ ਆਫ You get to know so many reasons, but I've always been very close to dad, and it's always been very beautiful. Yeah. <aya>. <laughs> <a> <laughs> ਅਤੇ ਜਦੋਂ ਵਾਰਿਸ ਦਾ ਵਰਤ ਹੋਣਾ ਸੀ ਹੁਣ ਓਬਵੀ ਸਾਡਾ ਇੱਕ ਬੱਚਾ ਇਹ ਤਾਂ ਹੁਣ ਵੀ ਉਮੀ ਹੈ ਹੁਣ ਵੀ ਕਈ ਵਾਰੀ ਕਹਿ ਜਾਂਦਾ ਕਿ ਉਹ ਇਹ ਪ੍ਰਧਾਨ ਬਣਾ ਕੇ ਰੱਖੀ ਹੋਈ ਆ ਤੁਸੀਂ ਜਾਂ ਹੋਰ ਆ ਕਈ ਵਾਰੀ ਜੇ ਮੁੰਡੇ ਕਰਦੇ ਆ ਪਰ 8 ਸਾਲ ਤੱਕ ਉਹਨੇ ਰਾਜ ਕੀਤਾ ਕਰਦੇ ਹਨਾ 8 ਸਾਲ ਦੇ ਵਿੱਚ ਬੱਚਾ ਓਬਵੀਸਲੀ ਸਾਰਾ ਲਾੜ ਦਾ ਜਿਹੜਾ ਮਾਪਿਆਂ ਦਾ ਲੈ ਲੈਂਦਾ ਦਾਦਾ ਦਾਦੀ ਦਾ ਲੈਂਦਾ ਨਾਨਾ ਨਾਨੀ ਦਾ ਲੈਂਦਾ ਹੋ ਸਕਦਾ ਤੁਸੀਂ ਵੀ ਰੋ ਮਾਰਦੇ ਹੋਵੋਗੇ ਘਰੇ ਭੈਣ ਭਾਈ ਤੁਹਾਡੇ ਚ ਵੀ ਚੱਲਦਾ ਹੋਣਾ ਪਰ ਇਹਨਾਂ ਦਾ ਕੀ ਆ ਇਹ ਇਹ ਕਹਿੰਦੇ ਹੁੰਦੀ ਹੈ ਕਈ ਵਾਰੀ ਜਦੋਂ ਕਹੇ ਤੂੰ ਜੋ ਮਰਜ਼ੀ ਕਹਿ ਮੈਂ ਤੇਰੇ ਤੋਂ 8 ਸਾਲ ਵੱਧ ਪਿਆਰ ਲਿਆ ਹੈ I always say him was like kicking <laughs> to whatever you want but you can never get those 8 years ab like mere kol nahi oh meri rehne ge tu jo marzi kar la oh mere kol 8 saal vaddi naal unusi keh rahe da jehda pehla reaction si na bahut kamal da waris da mera khayal to 10 k din da huga 10 12 din da ta hun one jehdi awaz sab ton bad apne birth to pehla maa de pet ch suni si ta oh naam sab ton bad one serious si serious bilkul ਤਾਂ ਜਦੋਂ ਮੈਂ ਇੱਕ ਵਾਰ ਸੀਰੀਅਲ ਸਕੂਲੋਂ ਆ ਗਈ ਤਾਂ ਮੈਂ ਉੱਪਰੋਂ ਉਤਰਿਆ ਆ ਰਿਆਂ ਘਰੇ ਨੂੰ ਦੇਖ ਕੇ ਮੈਂ ਕਿਹਾ ਹਣਾ ਸਿਰਤ ਤੇ ਉਨ ਵਾਰਿਸ ਨੇ ਅਚਾਨਕ ਆਏ ਅੱਖਾਂ ਘੁਮਾਈਆਂ ਤੇ ਪਹਿਲਾ ਰਿਐਕਸ਼ਨ ਸਿੱਧਾ ਦੱਸ ਦੇਣਾ ਵਿੱਚ ਦੁਨੀਆ ਲਈ ਹੈ ਨਾ ਉਹ ਉਹਨੂੰ ਸਾਊਂਡ ਸੀਰਤ ਦੀ ਸੁਣੀ ਵੀ ਇਹ ਨਾਮ ਸੁਣਿਆ ਸੁਣਿਆ ਲੱਗਦਾ ਥੈਟਸ ਅਬੇਜ਼ਿੰਗ ਔਰ 8 ਸਾਲ ਜਦੋਂ ਛੋਟਾ ਹੁੰਦਾ ਭਰਾ ਤਰ੍ਹਾਂ ਇੱਕ ਤਰ੍ਹਾਂ ਨਾਲ ਤੁਸੀਂ ਮਦਰ ਦਾ ਵੀ ਰੋਲ ਨਿਭਾ ਰਹੇ ਹੋ ਹੁਣੇ ਹੋ ਹੈ ਨਾ ਬੇਬੀ ਸਿਟਿੰਗ ਤੋਂ ਲੈ ਕੇ ਯੂ ਡੂਇੰਗ ਏਵਰੀਥਿੰਗ ਰਿਸਪੋਨਸੀਬਲ ਬੱਚਾ ਸਾਡਾ ਉਹ ਸੀਰਤ ਪਰ ਬੇਟੀ ਦੀ ਅਪਬ੍ਰਿੰਗਿੰਗ ਜਿਹੜੀ ਹੁੰਦੀ ਹੈ ਬੱਚੇ ਨੂੰ ਬੱਚਿਆਂ ਨੂੰ ਜਦੋਂ ਪਾਲਣਾ ਪੋਸ਼ਣਾ ਹੁੰਦਾ ਨਾ ਜਦੋਂ ਤੁਹਾਡੇ ਸਪੈਸ਼ਲੀ ਇੱਕ ਬੇਟੀ ਹੋਵੇ ਤੇ ਇੱਕ ਬੇਟਾ ਹੋਵੇ ਤੁਹਾਨੂੰ ਫਰਕ ਪਤਾ ਲੱਗਦਾ ਦੋਵਾਂ ਦਾ ਬੇਟੀ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਆ ਫਾਦਰ ਦੀ ਉਹ ਬੇਟੇ ਦੇ ਨਾਲ ਉਹ ਬਹੁਤ ਵੱਖਰੀ ਹੁੰਦੀ ਹੈ ਸੋ ਤੁਹਾਡੇ ਘਰ ਦੇ ਵਿੱਚ ਕਿੱਦਾਂ ਆ ਮੈਂ ਵਾਰਿਸ ਨਾਲ ਜਿਵੇਂ ਅਸੀਂ ਕਦੇ-ਕਦੇ ਮਜ਼ਾਕ ਕਰ ਦਿੰਦੇ ਹੁੰਦਾ ਹੀ ਹੈ ਨਾ ਕਿ ਮੰਮਾ ਐਂ ਕਰਦੇ ਨੇ ਪਾਪਾ ਐਂ ਕਰਦੇ ਨੇ ਹੁੰਦਾ ਹੀ ਹੈ ਰਾਈਟ ਤੇ ਫਿਰ ਵਾਰਿਸ ਤੇ ਮੈਂ ਕਹਿੰਨੇ ਹੁੰਨੇ ਆ ਚਲ ਤੂੰ ਮੰਮਾ ਦਾ ਫੇਵਰੇਟ ਹੈ ਮੈਂ ਪਾਪਾ ਦੀ ਅਸੀਂ ਫਿਰ ਇਹ ਨਾ ਇੱਕ ਕਾਮਨ ਡਿਸੀਜਨ ਤੇ ਆ ਜਾਂਦੇ ਆ ਬਟ ਜਿਸ ਤਰੀਕੇ ਦੇ ਨਾਲ ਪਾਪਾ ਜਾਂ ਮੰਮਾ ਦੋਨੋਂ ਜਿਵੇਂ ਵੀ ਸਾਨੂੰ ਐਕਟ ਕਰਦੇ ਨੇ ਬਹੁਤ ਘੱਟ ਫੀਲ ਹੁੰਦਾ ਹੈ ਕਿ ਉਹ ਮੇਬੀ ਵਾਰਿਸ ਮੁੰਡਾ ਤੇ ਮੈਂ ਕੁੜੀ ਆ ਮੈਂ ਵੀ ਕੁੜੀ ਕਾਕੇ ਜ਼ਿਆਦਾ ਪਿਆਰ ਮਿਲਦਾ ਹੈ ਜਾਂ ਮੁੰਡੇ ਕਾਕੇ ਜ਼ਿਆਦਾ ਪਿਆਰ ਮਿਲਦਾ ਹੈ ਉਹ ਚੱਕਰ ਵਾਦਸ ਘੱਟ ਹੁੰਦਾ ਬਿਕੋਜ਼ ਦਿਨ ਦੇ ਵਿੱਚ ਸਾਡੀਆਂ ਵਾਰਸ ਤੇ ਮੇਰੀ ਹੋ ਜਾਂਦੀਆਂ ਨੇ ਪੰਜ-ਛੇ ਲੜਾਈਆਂ ਹਨਾ ਉਹ ਚ ਫਿਰ ਤਿੰਨ ਚ ਮੈਂ ਜਿੱਤਿਆ ਨਹੀਂ ਤਿੰਨ ਚ ਵਾਰਸ ਆਂ ਇੰਦੀ ਐਂ ਸਾਰਾ ਕੁਝ ਹੀ ਹੋ ਜਾਂਦਾ ਨਹੀਂ ਕੋਈ ਜ਼ਿਆਦਾ ਨਹੀਂ ਫਰਕ ਰੱਖਿਆ ਇਹਨਾਂ ਦੇ ਵਿੱਚ ਜਾਂ ਮੈਂ ਇਹਨੂੰ ਕਦੇ ਮਹਿਸੂਸ ਵੀ ਹੁੰਦਾ ਹੋਵੇ ਮੈਂ ਕਈ ਵਾਰੀ ਸੋਚ ਕੇ ਵੀ ਦੇ ਦਮ ਵੀ ਕਹਿੰਦੇ ਨੇ ਵੀ ਧੀਆ ਬਹੁਤ ਨੇੜੇ ਹੁੰਦੀਆਂ ਨੇ ਨੇੜੇ ਨੇ ਪਰ ਵਾਰਸ ਵੀ ਉਨੇ ਹੀ ਨੇੜੇ ਜਿੰਨਾ ਮੈਂ ਲਾਡ ਸਿਰਤਨਾ ਕਰਦਾ ਜਿੰਨੀ ਖੁੱਲੇ ਨੂੰ ਦਿਨਾ ਉੰਨੀ ਕੋ ਨੂੰ ਦਿਨਾ ਅ ਮੇਰੇ ਖਿਆਲ ਜਿੰਨਾ ਕਿ ਸਿਰਤ ਨੂੰ ਜਿਆਦਾ ਛਿੜਕਿਆ ਵਾਰਿਸ ਨੂੰ ਘੱਟ ਛਿੜਕਿਆ ਉਸ ਦੇ ਮੁਕਾਬਲੇ ਅ ਸਿਰਤ ਦੇ ਮੈਂ ਮੇਰੇ ਯਾਦ ਹੈ ਕਿ 5 ਜਾਂ 6 ਸਾਲ ਦੀ ਸੀ ਜਦੋਂ ਲਾਸਟ ਵਾਰੀ ਇਹਨੂੰ ਮੈਂ ਥੋੜਾ ਜਿਹਾ ਚੰਡ ਮਾਰੀ ਸੀ ਦੀ ਦਾਦੀ ਕੋਲੇ ਸੀਗੀ ਦਾਦੀ ਨੇ ਕਿਹਾ ਖਬਰਦਾਰ ਅੱਜ ਤੋਂ ਬਾਅਦ ਕੁੜੀ ਨੂੰ ਮਾਰਨਾ ਨਹੀਂ ਰੋਣ ਲੱਗੀ ਮੇਰੀ ਮਾਂ ਹੈ ਨਾ ਬਹੁਤ ਡਰਾਮਾ ਹੋਇਆ ਕਰੇ ਉਸ ਤੋਂ ਬਾਅਦ ਮੈਂ ਕਦੇ ਹੱਥ ਵੀ ਨਹੀਂ ਲਾਇਆ ਸੀ ਰਿਤ ਨੂੰ ਉਹ ਵੀ ਪਿਆਰ ਵਿੱਚ ਮਾਰਿਆ ਸੀ ਜ਼ੋਰ ਦੀ ਨਹੀਂ ਮਾਰਿਆ ਸੀ ਪਰ ਗੁੱਸਾ ਆਇਆ ਥੋੜਾ ਜਿਹਾ ਪਰ ਮੈਂ ਕਦੇ ਹੁਣ ਤੱਕ ਕਦੇ ਬਾਰਿਸ ਨੂੰ ਨਾ ਕਦੇ ਟੱਚ ਵੀ ਨਹੀਂ ਕੀਤਾ ਤੇ ਮੈਂ ਆਪਣੀ ਮਾਂ ਨੂੰ ਆਸਦਾ ਸੀ ਵੀ ਇਹ 5 ਸਾਲ ਦੀ ਹੈ ਮੈਂ 10ਵੀਂ ਤੱਕ ਸੀ ਤੁਸੀਂ ਮੈਨੂੰ ਕਟਾਪਾ ਕਰਦੇ ਰਹੇ ਹੋ ਮੇਰਾ ਹਾਕੀਆਂ ਨਾਲ ਥੱਪੜਾਂ ਨਾਲ ਮੇਰਾ ਕਟਾਪਾ ਕਰਦੇ ਰਹੇ ਹੋ ਕਾਹੀ ਫਰਕਾ ਜਦੋਂ ਦਾਦਾ-ਦਾਦੀ ਬਣ ਜਾਂਦੇ ਹਨ ਨਾ ਉਹਦਾ ਬਹੁਤ ਫਰਕ ਹੁੰਦਾ ਪੋਤੇ-ਪੋਤੀਆਂ ਬਹੁਤ ਲਾਡ ਲੈਂਦੇ ਜਿੰਨੇ ਜਿੰਨੀ ਕੋ ਟੱਪਾਂ ਨੂੰ ਪਈ ਹੈ ਨਾ ਉਹਨਾਂ ਹੀ ਆਪਣੇ ਬੱਚਿਆਂ ਵਾਸਤੇ ਉਹਨਾਂ ਦੇ ਵਿੱਚ ਜਿੰਨੀ ਬਰਦਾਸ਼ਤ ਤੇ ਸਬਰ ਇਟਸ ਪਰ ਇਹਨਾਂ ਦੇ ਬੱਚੇ ਪਿਆਰ ਨਾਲ ਬਹੁਤ ਛੇਤੀ ਮੰਨਦੇ ਆ ਸੋ ਇਹਨਾਂ ਨੂੰ ਹਾਂ ਇਹਨਾਂ ਦਾ ਹੈਗਾ ਕਿ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਸਾਡਾ ਪਿਓ ਸਾਡੇ ਕਮਰੇ 'ਚ ਆਇਆ ਉਹਨੇ ਛੋਟਾ ਜਿਹਾ ਭਾਸ਼ਣ ਦੇਊਗਾ ਪੈਸ਼ਨ ਬਾਰੇ ਵੀ ਗੱਲ ਕਰਾਂਗੇ ਪਰ ਸਿਰਤ ਜਦੋਂ ਝੜਕਾਂ ਪੈਂਦੀਆਂ ਨੇ ਜਦੋਂ ਲੜਾਈ ਹੁੰਦੀ ਆਪਸ ਦੇ ਵਿੱਚ ਤਾਂ ਕਿਸ ਗੱਲ ਤੇ ਹੁੰਦੀ ਹੈ ਸੋ ਕਦੇ ਵੀ ਨਾ ਐਂ ਤਾਂ ਬਹੁਤ ਕੱਟ ਹੋਇਆ ਕਿ ਝੜਕਾ ਪਈਆਂ ਵਾਰਿਸ ਤੇ ਮੇਰੀ ਇੱਕ ਬਹੁਤ ਅੰਡਰਸਟੈਂਡਿੰਗ ਹੈ ਕਿ ਜੇ ਕੁਝ ਹੋ ਗਿਆ ਤੇ ਯੂ نو ਜੇ ਪਾਪਾ ਚੁੱਪ ਹੋ ਗਏ ਤਾ ਮਤਲਬ ਪਪਾ ਨਾਰਾਜ਼ ਨਹੀਂ ਨਾਰਾਜ਼ ਨਹੀਂ ਪਪਾ ਨੇ ਕਦੇ ਵੀ ਕਹਿ ਕੇ ਨਹੀਂ ਸਾਨੂੰ ਕਦੇ ਡਾਂਟਿਆ ਬਸ ਪਪਾ ਦੀ ਜਿਹੜੀ ਚੁੱਪੀ ਹੁੰਦੀ ਹੈ ਸਾਨੂੰ ਐ ਹੁੰਦਾ ਕਿ ਤੁਸੀਂ ਪਲੀਜ਼ ਬੋਲ ਲਓ ਚੁੱਪ ਨਾ ਹੋਵੋ ਰਾਈਟ ਅਸੀਂ ਫਿਰ ਆਪ ਕਹਿੰਨੇ ਕਿ ਸਾਨੂੰ ਕੁਝ ਡਾਂਟੋ ਤੇ ਆ ਡਾਂਟ ਵੈਸੇ ਪਪਾ ਤੁਹਾਨੂੰ ਬਹੁਤ ਘੱਟ ਚੀਜ਼ਾਂ ਦੀ ਪੈਂਦੀ ਹੈ ਜਿਹੜੀ ਹੁੰਦੀ ਹੈ ਨਾ ਉਹ ਵੈਰੀ ਜਿਵੇਂ ਆਪਾਂ ਕਹਿ ਸਕਦੇ ਆ ਆ ਪਰਸਨਲ ਕੈਰੈਕਟਰ ਵਾਈਜ਼ ਜਿਹੜੀ ਹੁੰਦੀ ਆ ਉਹ ਜੇ ਹੁੰਦੀ ਆ ਕਿ ਆ ਛੋਟੀ ਜੀ ਗੱਲ ਤੇ ਗੁੱਸੇ ਨਹੀਂ ਹੋਣਾ ਪੇਸ਼ੈਂਸ ਕਿਵੇਂ ਰੱਖਣੀ ਹੈ ਲਾਈਕ ਉਹ ਜੀ ਗੱਲਾਂ ਛਿੜਕਾ ਪੈਣਗੀਆਂ ਤੇ ਜਿਵੇਂ ਕਈ ਵਾਰ ਆ ਹੁੰਦਾ ਕਿ ਮੈਂ ਹੁਣ ਦੇਖੋ ਆਮ ਲਾਈਕ ਆਮ ਗੋਣਾ ਬੀ 22 ਸੂਨ ਤੇ ਪਰ ਕਈ ਵਾਰ ਮੈਂ ਵਾਰਿਸ ਦੇ ਨਾਲ ਬੱਚੇ ਵਾਂਗੂ ਲੜਦੀ ਆ ਫਿਰ ਪਾਪਾ ਨੂੰ ਆ ਹੁੰਦਾ ਕਿ ਤੂੰ ਸੀਰਾਂ ਵੱਡੀ ਹੋ ਗਈ ਹੁਣ ਤੂੰ ਹਨਾ ਇਹ ਜਿਹੇ ਹੁੰਦੀਆਂ ਨੇ ਤੇ ਜਿਆਦਾ ਡਾਂਟ ਨਹੀਂ ਪੈਂਦੀ ਵਾਰਿਸ ਦਾ ਤਾਂ ਡਾਂਟਦਾ ਨਹੀਂ ਜਿਹੜੀ ਇੱਕ ਗੱਲ ਤੇ ਉਹਨੂੰ ਕਿਹਾ ਜਾਂਦਾ ਦੈਟਸ ਓਨਲੀ ਵਨ ਹੀ ਪਲੇਸ ਪਲੇ ਸਟੇਸ਼ਨ ਬਸ ਉਹਨੂੰ ਐਂ ਕਿਹਾ ਜਾਂਦਾ ਕਿ ਤੇਰੇ 2 ਘੰਟੇ ਦੇ ਦਿੰਦੇ 2 ਘੰਟੇ ਹੀ ਖੇਡਣੇ ਨੇ ਜਿਆਦਾ ਨਹੀਂ ਖੇਡਣੇ ਉਹ ਜਿੱਦਾਂ ਮੁੰਡਿਆਂ ਨੂੰ ਯਾਦ ਕਰਾਉਣਾ ਪੈਂਦਾ ਹਨਾ ਪਰ ਮੈਨੇ ਮੈਂ ਸੁਣਿਆ ਕਿ ਉਹਨੇ ਤੁਹਾਨੂੰ ਵੀ ਹੁਣ ਫੋਰਟ ਨਾਈਟ ਸਿਖਾਤੀ ਹਾਂ ਬੜੇ ਜ਼ੋਰ ਬਹੁਤ ਲਾਇਆ ਪਰ ਹੁਣ ਮੇਰੇ ਤੇ ਰੋਪ ਆਉਂਦਾ ਕਿ ਦੇਖਾ ਤੁਹਾਡੇ ਤੋਂ ਸਿੱਖੀ ਨਹੀਂ ਗਈ ਇਹਦਾ ਮਤਲਬ ਤੁਹਾਨੂੰ ਆਉਂਦੀ ਨਹੀਂ ਔਖੀ ਚੀਜ਼ ਹੈ ਔਖੀ ਗੇਮਾਂ ਸੀ ਤੁਹਾਡੀਆਂ ਕਈਆਂ ਚੀਜ਼ਾਂ ਸਿੱਖ ਜਾਣਿਆ ਮੈਂ ਪੰਜਾਬੀ ਪੜ੍ਹਨੀ ਸਿੱਖ ਗਿਆ ਮੈਂ ਪੰਜਾਬੀ ਲਿਖ ਲਾਣਾ ਤੁਹਾਡੇ ਤੁਸੀਂ ਤਾਂ ਉਹ ਵੀ ਨਹੀਂ ਸਿੱਖ ਸਕੇ ਸੋ ਰੋਪ ਕਰਦਾ ਉਹ ਮੰਨ ਜਾਂਦਾ ਹੈ ਗੱਲ ਪਰ ਬੱਚਾ ਸਾਨੂੰ ਐਂ ਲੱਗਦਾ ਵੀ ਥੋੜਾ ਜਿਹਾ ਹਾਈਟ 'ਚ ਵੱਡਾ ਨਿਕਲ ਗਿਆ ਵੀ ਇਹ ਸਿਆਣਾ ਹੋ ਗਿਆ ਪਰ ਫਿਰ ਕਈ ਵਾਰੀ ਸਿਰਤ ਨੂੰ ਨ ਸੀਰਤ ਨਹੀਂ ਇਹ ਬੱਚਾ ਹੈ ਨੇ ਇਹ 13 ਸਾਲ ਦਾ ਹਲੇ ਸੋ 13 14 ਸਾਲ ਦਾ ਹਜੇ ਟੀਨੇਜਰ ਹੈ ਔਰ ਠੀਕ ਹੈ ਡੂਇੰਗ ਗੁੱਡ ਜਿੱਥੇ ਸਿਰਤ ਫਾਦਰ ਸਾਹਿਬ ਦਾ ਨਾਂ ਇਹਨਾ ਹੋਣ ਕਰਕੇ ਓਪਰਚ्युनिटीज ਬਹੁਤ ਖੁੱਲਦੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਲਈ ਪਿਆਰ ਬਣ ਜਾਂਦਾ ਉਹਦੇ ਨਾਲ ਨਾਲ ਇੱਕ ਐਕਸਪੈਕਟੇਸ਼ਨ ਵੀ ਹੋ ਜਾਂਦੀ ਹੈ ਉਹ ਕਿੱਡਾ ਇੱਕ ਵੱਡਾ ਬਰਡਨ ਹੈ ਆਪਣੇ ਫਾਦਰ ਦੇ ਨਾਂ ਉੱਤੇ ਖਰਾ ਉਤਰਨਾ ਆ ਇਹ ਨਾ ਮੈਨੂੰ ਲਾਈਕ ਪਹਿਲਾਂ ਵੀ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਤੇ ਉਹ ਦ திing ਇਸ ਦੈਟ ਕਿ ਕਦੇ ਪਾਪਾ ਨੇ ਬਰਡਨ ਪਾਇਆ ਨਹੀਂ ਅ ਫੋਰ ਐਗਜ਼ਾਮਪਲ ਅ ਅੱਜਕੱਲ ਜਿਵੇਂ ਮੈਂ ਪਾਪਾ ਨਾਲ ਮੈਂ ਗੱਡੀ 'ਚ ਵੀ ਗੱਲ ਕਰੀ ਸੀ ਕਿ ਨੈਪੋਟਿਜ਼ਮ ਦੀ ਬਹੁਤ ਕੱਲ ਚੱਲਦੀ ਆ ਹਨਾ ਪਰ ਕਦੇ ਪਾਪਾ ਨੇ ਸਾਨੂੰ ਕਦੇ ਐ ਫੀਲ ਨਹੀਂ ਕਰਵਾਇਆ ਕਿ ਡੋਂਟ ਵਰੀ ਆਮ ਥੇਰ ਰਾਈਟ ਸਾਨੂੰ ਹਮੇਸ਼ਾ ਅਹੀ ਕਿਹਾ ਹੈ ਕਿ ਮਿਹਨਤ ਕਰੋ ਸਾਨੂੰ ਡਰਾਇਆ ਵੀ ਹੈ ਕਿ ਮਿਹਨਤ ਨਹੀਂ ਕੀਤੀ ਫਿਰ ਕੀ ਹੋਊਗਾ ਕਦੇ ਵੀ ਐ ਨਹੀਂ ਫੀਲ ਹੋਇਆ ਹੈਗਾ ਕਿ ਪਾਪਾ ਇਜ਼ देयर ਬਟ ਯੈਸ ਕਦੇ-ਕਦੇ ਸਕੂਲ ਦੇ ਵਿੱਚ ਜਿਵੇਂ ਮੈਂ ਤਾਂ 4th 5th ਤੋਂ ਪਲੇ ਕਰਦੀ ਆ ਰਹੀ ਆ ਰਿਮੈਂਬਰ ਮੈਂ ਸ਼ੇਕਸਪੀਅਰ ਦਾ ਮਰਚੈਂਟ ਆਫ ਵੈਨਿਸ ਕੀਤਾ ਸੀਗਾ 8ਵੀਂ ਕਲਾਸ ਵਿੱਚ ਪਾਪਾ ਨੂੰ ਤਾਂ ਕੁਝ ਪਤਾ ਹੀ ਨਹੀਂ ਸੀਗਾ ਬਟ ਫਿਰ ਟੀਚਰਸ ਹਮੇਸ਼ਾ ਇਹ ਕਹਿੰਦੇ ਸੀਗੇ ਕਿ ਇਹਦੇ ਤਾਂ ਖੂਨ ਦੇ ਵਿੱਚ ਹੀ ਹੈ ਫਿਰ ਕਦੇ-ਕਦੇ ਐ ਹੁੰਦਾ ਸੀ ਜੇ ਗਲਤ ਕਰੋ ਤਾਂ ਕਹਿੰਦੇ ਸੀਗੇ ਕਿ ਇਨੇ ਕੁ ਸਿੱਖਿਆ ਨਹੀਂ ਜੀ ਵਧੀਆ ਕਰੋ ਤਾਂ ਖੂਨ ਵਿੱਚ ਹੈ ਮੈਂ ਕਿਹਾ ਮਿਹਨਤ ਮੈਂ ਵੀ ਕਰਦੀ ਆ ਪਰ ਕਰ ਇਹ ਜਿਹਾ ਮਾਹੌਲ ਹੈ ਕਿ ਬਹੁਤ ਘਟਕਦੇ ਬੋਰਡਨ ਫੀਲ ਹੋਇਆ ਹੈ ਹਮੇਸ਼ਾ ਆਹੀ ਦੱਸਿਆ ਗਿਆ ਕਿ ਤੁਸੀਂ ਜੋ ਕਰਦੇ ਹੋ ਥੋੜੀ ਮਿਹਨਤ ਹੈ ਆਮ ਆਲਵੇਸ ਹੇਅਰ ਟੂ ਸਪੋਰਟ ਯੂ ਬਟ ਇਨ ਦੀ ਐਂਡ ਆਫ ਦਾ ਡੇ ਵਾਟ ਏਵਰ ਯੂ ਗੋਨ ਟੂ ਡੂ ਇਜ਼ ਯੋਰ ਓਨਸ ਕਦੋਂ ਅਹਿਸਾਸ ਹੋਇਆ ਕਿ ਫਾਦਰ ਸਾਹਿਬ ਜਾਣੇ ਪਛਾਣੇ ਨੇ ਲੋਕੀ ਇਹਨਾਂ ਨੂੰ ਪਛਾਣਦੇ ਆ ਪਿਆਰ ਦਿੰਦੇ ਆ ਹਮ ਅਕਚੁਅਲੀ ਜਦੋਂ ਮੇਰਾ ਬਰਥ ਹੋਇਆ ਸੀਗਾ ਤੇ ਆਈ ਥਿੰਕ ਤਿੰਨ ਚਾਰ ਸਾਲ ਤੱਕ ਪਾਪਾ ਸਟਿਲ ਯੂਨੀਵਰਸਿਟੀ ਵਿੱਚ ਜੌਬ ਕਰਦੇ ਸੀਗੇ ਤੋ ਮੈਨੂੰ ਜਿਹੜਾ ਮੈਂ ਥੋੜਾ ਜਿਹਾ ਵੱਡੀ ਹੋਈ ਸੀ ਮੇਰੇ ਲਈ ਡਿਫਰੈਂਸ ਦੇਖਣਾ ਬਹੁਤ ਐਵੀਡੈਂਟ ਸੀ ਕੋਜ਼ ਮੈਂ ਪਾਪਾ ਨੂੰ ਯੂਨੀਵਰਸਿਟੀ ਜਦੋਂ ਪੜਾਉਣ ਜਾਂਦੇ ਸੀ ਤਦ ਵੀ ਦੇਖਿਆ ਸੀਗਾ ਉਸ ਤੋਂ ਬਾਅਦ ਮੂਵੀਜ਼ ਵਿੱਚ ਗਏ ਆ ਸੋ ਮੇਰੇ ਲਈ ਜਦੋਂ ਹੌਲੀ ਹੌਲੀ ਸੀ ਬਾਹਰ ਜਾਂਦੇ ਸੀ ਲੋਕ ਪਾਪਾ ਨੂੰ ਬੁਲਾਉਂਦੇ ਸੀਗੇ ਤੇ ਉਹ ਲੋਕ ਮੇਰੇ ਨਾ ਚਾਚੇ ਤਾਏ ਨਾ ਮੈਂ ਕਿਸੇ ਨੂੰ ਅੰਕਲ ਕੋਈ ਨਹੀਂ ਸੀਗਾ ਕਿ ਰੈਂਡਮਲੀ ਕੋਈ ਬੁਲਾ ਰਿਹਾ ਸਟ੍ਰੇਂਜਰਸ ਰਾਈਟ ਤੇ ਤਦ ਮੈਨੂੰ ਫੀਲ ਹੋਣ ਲੱਗ ਗਿਆ ਸੀਗਾ ਕਿ देयर ਇਜ਼ ਸਮਥਿੰਗ ਲਾਈਕ ਕੁਝ ਹੈਗਾ ਰਾਈਟ ਵਾਇਰਸ ਲਈ ਥੋੜਾ ਜਿਹਾ ਸਲੋ ਸੀਗਾ ਬਿਕੋਜ਼ ਵਾਇਰਸ ਜਦੋਂ ਹੋਇਆ ਸੀ ਪਾਪਾ ਵਾਸ ਆਲਰੇਡੀ ਇਨ ਦ ਮੂਵੀਜ਼ ਉਹਦੇ ਲਈ ਦੈਟ ਵਾਸ ਦ ਨਾਰਮਲ ਬਟ ਮੇਰੇ ਲਈ ਸ਼ਿਫਟ ਸੀਗੀ ਸੋ Like, um... 6 اور 5 ایئرز تو جدوں ਮੈਨੂੰ ਮੇਰੇ ਸਕੂਲ ਵਿੱਚ ਮੇਰੇ ਮੈਂ اپولو ਚ ਪੜਦੀ ਸੀਗੀ ਪਟਿਆਲੇ اپولو ਪਬਲਿਕ ਸਕੂਲ ਤੇ ਜਦ ਮੇਰੇ ਫਰੈਂਡਸ ਪੁੱਛਣ ਲੱਗੇ ਕਿ oh your dad I'm like oh ਸਾਰੇ ਦੇਖਦੇ ਨੇ ਸਾਰਿਆਂ ਨੂੰ ਪਤਾ ਹੈ ਤਦ ਫਿਰ ਰੀਲਾਈਜ਼ ਹੋਣ ਲੱਗਿਆ ਕਿ ਪਾਪਾ ਇਸ ਪਪੂਲਰ রাইਟ ਜਦੋਂ ਤੁਸੀਂ ਬੇਟੀ ਹੁਣ ਆਟੋਮੈਟਿਕਲੀ ਦੇ ਖੂਨ ਦੇ ਵਿੱਚ ਹੈ ਫਿਲਮ ਮੇਕਿੰਗ ਵੱਲੇ ਦਾ ਬਹੁਤ ਲਗਾ ਹੈ ਜਾਣਾ ਚਾਹੁੰਦੀ ਹੈ ਉਸ ਰਸਤੇ ਉੱਤੇ ਆਪਾਂ ਬਹੁਤ ਘੱਟ ਕੁੜੀਆਂ ਨੂੰ ਇਹ ਹੱਲਾਸ਼ੇਰੀ ਦਿੰਦੇ ਆ ਕਿ ਤੁਸੀਂ ਐਂਟਰਟੇਨਮੈਂਟ ਵੱਲ ਨੂੰ ਜਾਓ ਏਨਕਰੇਜਮੈਂਟ ਜਿਹੜੀ ਕੁੜੀਆਂ ਨੂੰ ਖਾਸ ਕਰਕੇ ਥੋੜੇ ਡਰਦੇ ਪੇਰੈਂਟਸ ਐਂਟਰਟੇਨਮੈਂਟ ਇੰਡਸਟਰੀ ਤੋਂ ਆ ਤੁਸੀਂ ਇੱਕ ਜਿਹੜੀ ਸਲਾਹ ਦਿੱਤੀ ਹੋਵੇ ਸੀਰਤ ਨੂੰ ਇਸ ਤੋਂ ਪਹਿਲਾਂ ਕਿ ਉਹਨੇ ਅਰਦਾਸ ਕਰਾਂ ਕੀਤੀ ਜਾਂ ਇਸ ਤੋਂ ਪਹਿਲਾਂ ਕਿ ਇਹਨੇ ਸੋਚਿਆ ਕਿ ਮੈਂ ਫਿਲਮਾਂ ਦੇ ਵਿੱਚ ਹੀ ਜਾਣਾ ਕਿਹੜੀ ਸਲਾਹ ਸੀ ਜਿਹੜੀ ਦਿੱਤੀ ਅ ਬੈਸੇ ਸਲਾਹਤਾ ਪਤਾ ਨਹੀਂ ਮੈਂ ਦਿਨ ਚ ਕਿੰਨੀ ਇਕ ਦਿਨ ਦਾ ਰਹਿਣਾ ਬਹੁਤ ਸਲਾਹਾਂ ਦਿੱਤੀਆਂ ਹੋਈਆਂ ਨੇ ਬੇਸਿਕਲੀ ਤਾਂ ਇੱਕ ਇਹ ਸੀ ਕਿ ਦਾ ਇੰਟਰਸਟ ਸ਼ੁਰੂ ਤੋਂ ਮੈਨੂੰ ਤਾਂ ਪਤਾ ਨਹੀਂ ਲੱਗਾ ਸੀ ਵੀ ਇਹਦਾ ਹੈਗਾ ਅਚਾਨਕ ਇੱਕ ਸਰਪ੍ਰਾਈਜ਼ ਹੈ ਦੇ ਸਕੂਲ ਦੇ ਵਿੱਚੋਂ ਰਾਇਨ ਸਕੂਲ ਚ ਸੀ ਮੇਰੇ ਖਿਆਲ ਸ਼ੀ ਵਾਜ਼ਨ 5th অর 6th ਕਲਾਸ ਤਾਂ ਪਤਾ ਲੱਗਾ ਪਲੇ ਕੀਤਾ ਹੈ ਪਲੇ ਦੇ ਵਿੱਚ ਦੀ ਐਪਰੀਸ਼ੀਏਸ਼ਨ ਤੂੰ ਕਿਹੜੇ ਬਲੇ ਨਾਟਕ ਕਰ ਲਿਆ ਤੇ ਇਹਨੇ ਉਸ ਤੋਂ ਸਰਪ੍ਰਾਈਜ਼ ਦਿੱਤਾ ਕਿ ਇਹ ਨਾਟਕ ਮੇਰਾ ਲਿਖਿਆ ਹੋਇਆ ਸੀ ਵਾਹ ਮੈਂ ਕਿਹ ਤੇਰਾ ਲਿਖਿਆ ਹੈ ਨਾਟਕ ਸੀ ਹਾਂ ਨਹੀਂ ਮੈਂ ਕਿ ਤੂੰ ਕਹ ਤਾ ਲਿਖਿਆ ਕਹਿੰਦੀ ਮੈਂ ਲਿਖਿਆ ਤੇ ਇੱਕ ਵਾਰ ਇਹਨੂੰ ਇੱਕ ਵਾਰ ਨਾਟਕ ਲਿਖਿਆ ਨੇ ਮੈਂ ਤੁਹਾਨੂੰ ਉਸ ਗੱਲ ਤੇ ਹੁਣ ਪਾਲ ਸਿੰਘ ਹੋਰਾਂ ਦੇ ਉੱਤੇ ਨਾਟਕ ਅੱਛਾ ਮੈਂ ਨਾਟਕ ਪੜਨ ਲੱਗਿਆ ਤੇ ਮੈਂ ਨਾਟਕ ਪੜਦਾ-ਪੜਦਾ ਕਹਿੰਦਾ ਮੈਂ ਕਿ ਪੁੱਤ ਕਦੋਂ ਕਰਨਾ ਹੈ ਕਹਿੰਦੀ ਇਹ ਪਾਪਾ ਹੋ ਗਿਆ ਮੈਂ ਬੈਸਟ ਐਕਟਰ ਆਇਆ ਤੇ ਮੇਰੇ ਰਾਈਟਰ ਦੀ ਮੇਰੀ ਮੇਰੇ ਸਕੂਲ ਨੇ ਤਾੜੀਆਂ ਮਾਰੀਆਂ ਖੜੇ ਹੋ ਕੇ ਮੈਨੂੰ ਗੈਸਟ ਨੇ ਬਹੁਤ ਸ਼ਾਬਾਸ਼ ਦਿੱਤੇ ਮੈਂ ਕਹਿੰਦਾ ਬੱਚੇ 'ਚ ਬਹੁਤ ਵੱਡੀ ਗਲਤੀ ਹੈ ਤੂੰ ਨਾ ਭਗਤ ਸਿੰਘ ਨੂੰ ਜੇਲ੍ਹ ਦੇ ਵਿੱਚ ਚਾਚਾਜੀਤ ਸਿੰਘ ਮਿਲਣਾਉਂਦਾ ਤੂੰ ਮੁਲਾਕਾਤ ਦਿਖਾਤੀ ਇਹ ਪੁੱਤ ਹਿਸਟਰੀ ਕਿੱਥੋਂ ਬਦਲਦੀ ਕਿਵੇਂ ਤਾਂ ਹੋਇਆ ਹੀ ਨਹੀਂ ਤੁਸੀਂ ਮਤਲਬ ਇਹ ਕਹਾਣੀ ਹੈ ਮੇਰੇ ਤਾਂ ਟੀਚਰ ਨੇ ਵੀ ਸ਼ਾਬਾਸ਼ ਦਿੱਤੀ ਪਹਿਲਾਂ ਟੀਚਰ ਨੂੰ ਮਲਾ ਫਿਰ ਮੈਂ ਉੱਥੋਂ ਸਲਾਹ ਦਿੱਤੀ ਜਿਹੜਾ ਕੰਮ ਕਰਨਾ ਹੈ ਤੂੰ ਲਿਖਣਾ ਹੈ ਜਾਂ ਹੋਰ ਹੈ ਸਟੱਡੀ ਹੋਣੀ ਚਾਹੀਦੀ ਹੈ ਤੁਹਾਡੀ ਉਸਤੇ ਪਕੜ ਹੋਣੀ ਚਾਹੀਦੀ ਹੈ ਉਸ ਗੱਲ ਤੇ ਕੱਲ੍ਹ ਕੱਲ੍ਹ ਤੂੰ ਐਕਟਿੰਗ ਵਿੱਚ ਜਾਣਾ ਹੈ ਤਾਂ ਐਕਟਿੰਗ ਦੇ ਵਿੱਚ ਤੇਰੀ ਜ਼ੁਬਾਨ ਦੇ ਉੱਤੇ ਕਮਾਂਡ ਹੋਣੀ ਚਾਹੀਦੀ ਹੈ ਬਸ ਇਹਨਾਂ ਜ਼ਰੂਰ ਕਹਿੰਦਾ ਰਹਿਣਾ ਇਹਨਾਂ ਇਹ ਆਮ ਲਾਈਫ ਵਿੱਚ ਤੇਜ਼ ਬੋਲਦੀ ਹੈ ਕਿ ਜੇ ਤੂੰ ਐਕਟਿੰਗ ਵਿੱਚ ਜਾਣਾ ਜਾਂ ਤੂੰ ਹੋਸਟ ਬਣਨਾ ਜਾਂ ਜਦੋਂ ਰੇਡੀਓ ਵੀ ਕੀਤਾ ਹੈ ਨੇ ਕੁਝ ਦੇ ਰਿਹਾ ਇੱਥੇ ਆ ਕੇ ਤਾਂ ਵੀ ਫਾਸਟ ਨਹੀਂ ਬੋਲਣਾ ਆਪਣੇ ਸ਼ਬਦਾਂ ਦੇ ਉੱਤੇ ਤੈਨੂੰ ਕੰਟਰੋਲ ਹੋਣਾ ਚਾਹੀਦਾ ਹੈ ਦੂਜਾ ਜਿਹੜਾ ਤੂੰ ਸ਼ਬਦ ਵਰਤਣਾ ਉਹ ਸ਼ਬਦ ਦਾ ਤੈਨੂੰ ਮਾਇਨੇ ਪਤਾ ਹੋਣੇ ਚਾਹੀਦੇ ਨੇ ਕਈ ਵਾਰੀ ਬੱਚੇ ਵੈਸੀ ਉਧਾਰ ਦਾ ਸ਼ਬਦ ਫੜ ਲੈਂਦੇ ਨੇ ਇੱਕ ਫੈਸੀਨੇਟ ਕਰਨੇ ਪਰ ਉਹਨਾਂ ਦਾ ਹੁੰਦਾ ਨਹੀਂ ਇਹਨਾਂ ਜ਼ਰੂਰ ਹੈ ਕਿ ਸਾਰੀ ਉਮਰ ਰਿਆਜ਼ ਕਰਨਾ ਇਹ ਇੱਕ ਵਾਰ ਸ਼ੁਰੂ ਹੋ ਗਿਆ ਕੰਮ ਫਿਰ ਸਟਰਗਲ ਸਾਰੀ ਉਮਰ ਦੀ ਹੈ ਮੈਂ ਹੁਣ ਤੱਕ ਰਿਆਜ਼ ਕਰਦਾ ਫਿਰ ਸਾਰੀ ਉਮਰ ਦਾ ਸਟਰਗਲ ਪਰ ਮੇਰੇ ਲਈ ਉਹ ਸੀਗਾ ਜਦੋਂ ਇਹਨੇ ਕਿਹਾ ਵੀ ਪਾਪਾ ਮੈਂ ਐਕਟਿੰਗ ਦੇ ਨਾਲੋਂ ਜਾਦੇ ਡਾਇਰੈਕਸ਼ਨ ਦੇ ਵਿੱਚ ਜਾਾਂ ਸੀ ਇਹ ਕਹਿ ਦਿੰਦੇ ਹੁੰਦੇ ਨੇ ਵੀ ਅਸੀਂ ਤਾਂ ਐਕਸ਼ਨ ਕਹਿਣ ਵਾਲਿਆਂ ਚ ਹੋਣਾ ਇਹ ਇਸ ਚੀਜ਼ ਨੂੰ ਮੈਨੂੰ ਲੱਗਦਾ ਸੀ ਰਿਤ ਨੇ ਨਾ ਜਿਵੇਂ ਸ਼ੁਰੂ ਤੋਂ ਠਾਨਿਆ ਹੋਇਆ ਫਿਲਮ ਮੇਕਿੰਗ ਵੱਲ ਤੁਹਾਡਾ ਧਿਆਨ ਹੈ ਤੁਹਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਔਰ ਬੜੀ ਨਿੱਕੀ ਉਮਰ ਤੋਂ ਪਤਾ ਹੈ ਕਿ ਮੈਂ ਫਿਲਮਾਂ ਡਾਇਰੈਕਟ ਕਰਨੀਆਂ ਨੇ ਦੈਟਸ ਮਾਈ ਪੈਸ਼ਨ ਦੈਟਸ ਵਾਟ ਆਈ ਵਾਂਟ ਟੂ ਡੂ ਔਰ ਐਨੀ ਕਾਰਟੂਨਰ ਦੇ ਵਿੱਚ ਇਹ ਅਹਿਸਾਸ ਹੋ ਜਾਣਾ ਬਹੁਤ ਘੱਟ ਬੱਚਿਆਂ ਨੂੰ ਹੁੰਦਾ ਜਦੋਂ ਪਾਪਾ ਨਾਲ ਮੂਵੀਸ ਜਾਂਦੇ ਸੀਗੇ ਤੇ ਵਾਰਿਸ ਨੇ ਪਹਿਲਾਂ ਅਰਦਾਸ ਕੀਤੀ ਹੈ ਤੇ ਮੈਂ ਹੁਣ ਅਰਦਾਸ ਕਰਾਂ ਵਿੱਚ ਥੋੜਾ ਜਿਹਾ ਰੋਲ ਕੀਤਾ ਹੈ ਤੇ ਪਾਪਾ ਦੀ ਮੂਵੀਸ ਵਿੱਚ ਗਏ ਸੀਗੇ ਅਸੀਂ ਕਹਿਣਾ ਕਿ ਅਸੀਂ ਦੱਸਣਾ ਤੁਹਾਨੂੰ ਤੁਸੀਂ ਕੀ ਕਰਨਾ ਹੈ ਵੀ ਨੋ ਵਾਂਟ ਸਮਵਨ ਟੂ ਟੈਲ ਅਸ ਕਿ ਅਸੀਂ ਕੀ ਕਰਨਾ ਤੇ ਹਮੇਸ਼ਾ ਇੱਕ ਤੇ ਪਾਪਾ ਦੇ ਨਾਲ ਜਦੋਂ ਗੱਲ ਕਰਦੇ ਆ ਤੇ ਪਾਪਾ ਨੇ ਹਮੇਸ਼ਾ ਇੱਕ ਹੋਰ ਵੀ ਸੁਜੈਸ਼ਨ ਦਿੰਦਾ ਹੈ ਕਿ ਅਲੱਗ-ਅਲੱਗ ਟੈਲੈਂਟ ਰੱਖੋ ਹਮ ਲਾਈਕ ਤੁਸੀਂ ਜੇ ਤੁਹਾਨੂੰ ਐਕਟਿੰਗ ਵਧੀਆ ਲੱਗਦੀ ਹੈ ਤਾਂ ਐਕਟਿੰਗ ਦੇ ਨਾਲ ਤੁਸੀਂ ਥੋੜਾ ਜਆ ਡਾਇਰੈਕਸ਼ਨ ਜਾਂ ਹੋਰ ਚੀਜ਼ਾਂ ਵੀ ਸੋ ਉਹਦੇ ਨਾਲ ਮੈਨੂੰ ਆਦਤ ਪਈ ਹੈ ਕਿ ਜੇ ਮੈਨੂੰ ਡਾਇਰੈਕਸ਼ਨ ਵਧੀਆ ਲੱਗਦੀ ਹੈ ਤਾਂ ਉਹਦੇ ਨਾਲ ਨਾਲ ਮੈਂ ਐਡੀਟਿੰਗ ਵੀ ਸਿੱਖਾਂ ਦੂ ਮੋਰ ਯੂ ਲਰਨ ਇਨ ਦਿਸ ਇੰਡਸਟਰੀ ਦ ਬੈਟਰ ਇਟ ਇਜ਼ ਐਂਡ ਸਾਰੇ ਐਸਪੈਕਟ ਸਿੱਖਨੇ ਬਹੁਤ ਜ਼ਰੂਰੀ ਹੈ ਤੇ ਜਿਹੜੇ ਉਹ ਤੇਜ਼ ਬੋਲਣ ਵਾਲੀ ਗੱਲ ਆ ਉਹ ਤਾਂ ਕਹਿੰਦੇ ਹੀ ਨੇ ਜੇ ਘਰੇ ਮੈਂ ਕਦੇ ਕਹਿ ਦਿੰਨੀ ਆ ਤਾਂ ਮੈਨੂੰ ਕਹਿਣਗੇ ਬਲ 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 ওকে ਆਲ ਰਿਪੀਟ ਫਿਰ ਉਹ ਦੀ ਥੋੜੀ ਜਿਹੀ ਹੁੰਦੀ ਹੈ ਤੇ ਆ ਬਾਕੀ ਜਿਵੇਂ ਲੈਂਗੁਏਜ ਬਾਰੇ ਕਿ ਐ ਲੈਂਗੁਏਜ ਪਾਪਾ ਨੇ ਹਮੇਸ਼ਾ ਪੰਜਾਬੀ ਬਾਰੇ ਜਿਵੇਂ ਜਿਹੜੇ ਸ਼ਬਦ ਨੇ ਕਿ ਜਿਹੜੇ ਇਹ ਸ਼ਬਦ ਨੇ ਪੰਜਾਬੀ ਦਾ ਹੈ ਇਹ ਤੁਸੀਂ ਹਿੰਦੀ ਚ ਬੋਲਣਾ ਹੈ ਇਹ ਐਵੇਂ ਕਰਨਾ ਹੈ ਤੇ ਬਾਕੀ ਮੈਨੂੰ ਇੰਗਲਿਸ਼ ਬਾਰੇ ਤੇ ਹਿੰਦੀ ਬਾਰੇ ਵੀ ਸੇਮ ਹੀ ਗੱਲ ਕਹੀਏ ਕਿ ਜੇ ਤੂੰ ਇੰਗਲਿਸ਼ ਬੋਲਦੀ ਹੈ ਤਾਂ ਯੂ ਸ਼ੁਡ ਨੋ ਕਿ ਇਹ ਵਰਡ ਇੱਥੇ ਆਏਗਾ ਹੁਣ ਹਿੰਦੀ ਵਿੱਚ ਵੀ ਮੈਂ ਜਿਹੜਾ ਰੇਡੀਓ ਸ਼ੋਅ ਹੋਸਟ ਕੀਤਾ ਸੀ ਉਹ ਹਿੰਦੀ ਚ ਕੀਤਾ ਸੀ ਤੇ ਮੈਂ ਕਿਹਾ ਅੱਜ ਤੋਂ ਮਸਾ ਮਸਾ ਧੁੱਪ ਨਿਕਲੀ ਹੈ ਐਂ ਮੈਂ ਕਰ ਰਹੀ ਆਂ ਪਾਪਾ ਇਸ ਤਾਈ ਮੁਸ਼ਕਿਲ ਹੁੰਦਾ ਹੈ ਹਿੰਦੀ ਵਿੱਚ ਮਸਾ ਨਹੀਂ ਹੁੰਦਾ ਸਿਰਤ ਮੈਨੂੰ ਨਾ ਐਨ ਰਣਾਪਾਜੀ ਨੋਜ਼ ਦਿਸ ਕਿ ਆਪਣੀਆਂ ਬ੍ਰਿੰਗਿੰਗ ਬਿਲਕੁਲ ਇੱਕੋ ਜਿਹਾ ਮਾਹੌਲ ਚ ਹੋ ਗਿਆ ਹੈ ਨਾ ਮੇਰੇ ਘਰ ਦੇ ਵੀ ਲਾਲ ਪੈਨ ਲੈ ਕੇ ਬੈਠੇ ਹੁੰਦੇ ਵੀ ਹੁਣ ਤਰਨਮ ਇਹ ਗਲਤੀ ਕਰੋਗੀ ਤਰਨਮ ਇਹ ਗਲਤੀ ਕਰੋਗੀ ਅਬ ਬਾਹਰ ਜਿਹੜੀ ਪਰ ਅੱਛਾ ਰਹਿੰਦਾ ਨਾ ਫਿਰ ਤਰਨਮ ਦੇ ਤੁਹਾਡਾ ਕੰਟਰੋਲ ਵੀ ਹੈ ਇੱਕ ਦਿਨ ਅਸੀਂ ਸੁਣ ਰਹੇ ਸੀਗੇ ਤੁਹਾਨੂੰ ਤੁਹਾਡੀ ਪੰਜਾਬੀ ਸੁਣਦੇ ਸੁਣਦੇ ਸਿਰਤ ਨੇ ਕਿਹਾ ਵੀ ਇਹ ਕਿਸ ਏਜ ਵਿੱਚ ਆਏ ਸੀਗੇ ਦੀਦੀ ਇੱਧਰ ਹੈ ਨਾ ਵੀ ਮੈਂ ਕਭੀ ਛੋਟੀ ਹੁੰਦੀ ਆ ਗਈ ਹੁਣੀ ਤੇ ਨੋ ਵੀ ਪਰ ਘਰੇ ਮਾਹੌਲ ਇਹਨਾਂ ਦਾ ਇਸ ਤਰ੍ਹਾਂ ਦਾ ਸੀਗਾ ਵੀ ਇਹਦੇ ਡੈਡ ਤੇ ਇਹਦੇ ਮਦਰ ਬਾਕੀ ਜਿਹੜੇ ਨਾਨਾ ਜੀ ਸਾਰਾ ਵੀ ਸਾਡੀ ਅਪਬ੍ਰਿੰਗ ਇਹੋ ਜੀ ਹੋਈ ਹੈ ਤੁਹਾਡੀ ਐਜੂਕੇਸ਼ਨ ਤੁਹਾਨੂੰ ਘਰੇ ਇਹੋ ਜੀ ਮਿਲੇਗੀ ਤੁਹਾਡਾ ਸ਼ਬਦਾ ਤੇ ਕੰਟਰੋਲ ਹੈ ਤੁਹਾਨੂੰ ਸਮਝ ਵੀ ਹੈਗੀ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਵਾਸਤੇ ਕਾਂਟੈਸਟ ਦਾ ਸਿਲਸਿਲਾ ਸ਼ੁਰੂ ਕਰੀਏ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਰਣਾ ਭਾਜੀ ਆਪਣੇ ਫਾਦਰ ਸਾਹਿਬ ਨਾਲ ਸੀ ਬਹੁਤ ਖਾਸ ਸੀ ਜੀ ਉਹਨਾਂ ਦਾ ਬਹੁਤ ਇੰਪੈਕਟ ਰਿਹਾ ਤੁਹਾਡੀ ਜ਼ਿੰਦਗੀ ਤੇ ਜਿਹੜੇ ਇਨਸਾਨ ਨੂੰ ਤੁਸੀਂ ਫੋਨ ਕਰਕੇ ਸਭ ਤੋਂ ਪਹਿਲਾਂ ਕਹਿ ਰਹੇ ਹੋ ਕਿ ਪਪਾ ਮੈਂ ਪਪਾ ਬਣ ਗਿਆ ਉਹ ਉਹਨਾਂ ਦੀਆਂ ਕਿਹੜੀਆਂ ਯਾਦਾਂ ਨੇ ਜਿਹੜੀਆਂ ਹਮੇਸ਼ਾ ਤੁਹਾਨੂੰ ਗਾਈਡ ਕਰਦੀਆਂ ਰਹਿੰਦੀਆਂ ਨੇ ਔਰ ਟੂ ਮਨੀ ਮਤਲਬ ਮੈਂ ਇਹ ਕਹਿਣਾ ਹੁੰਨਾ ਕਿ ਜੇ ਕਿਸੇ ਨਾਲ ਗੱਲ ਵੀ ਚੱਲਦੀ ਹੈ ਵੀ ਮੈਂ ਕਹਿੰਦੇ ਵੀ ਤੁਸੀਂ ਆ ਜਾ ਮੈਂ ਗੱਲ ਚੱਲਦੀ ਕਿੰਨਾ ਕਿ ਮਿਸ ਕਰ ਦੂੰ ਮੈਂ ਕਿ ਮੈਂ ਕਦੇ ਮਿਸ ਨਹੀਂ ਕਰਦਾ ਉਸ ਬੰਦੇ ਨੂੰ ਮੈਂ ਉਹਨਾਂ ਨੂੰ ਫੀਲ ਕਰਦਾ ਹਮੇਸ਼ਾ ਮੈਂ ਆਪਣੇ ਫਾਦਰ ਸਾਹਿਬ ਨੂੰ ਹਮੇਸ਼ਾ ਫੀਲ ਕਰਦਾ ਸਾਡੇ ਘਰੇ ਫੋਟੋ ਲੱਗੀ ਹੋਈ ਹੈ ਅੱਜ ਮੈਂ ਸਵੇਹਾ ਆਇਆ ਮੇਰਾ ਨਿਕਲਦਾ ਸਵੇਰੇ ਜਲਦੀ ਉੱਠਿਆ 6 ਵਜੇ 6:30 ਵਜੇ ਮੈਂ ਥੱਲੇ ਗਿਆ ਜ ਮੈਂ ਸਿਰਫ ਫੋਟੋ ਕਰਨੀ ਦੇਖ ਕੇ ਅੱਖ ਜੀ ਮਾਰ ਦਾਨੀ ਐ ਜਾਂ ਅੱਖ ਚੱਕ ਲਾਣੀ ਐ ਮੇਰੇ ਪਾਪਾ ਨੂੰ ਗੱਲ ਕਰਦੇ ਕਰਦੇ ਅੱਖ ਦੱਬਣ ਦੀ ਆਸ ਸੀ ਕਦੀ ਵਾਰੀ ਹਾਸੇ ਚ ਖੁਸ਼ੀ ਚ ਅੱਖ ਦਾ ਬੰਦਾਉਂਦੇ ਸੀ ਹੈਨਾ ਸੋ ਮੈਂ ਮੈਨੂੰ ਵੀ ਕਿਤੇ ਆਦਾ ਫਿਰ ਮੈਂ ਉਹਨਾਂ ਨੂੰ ਜੇ ਕਦੀ ਲੰਘਦਾ ਕਿ ਉਹ ਹੋਰ ਮਾਸਟਰ ਜੀ ਕਿਵੇਂ ਹੋ ਹੈਨਾ ਪਾਪਾ ਦੀ ਜਿਹੜੀ ਗੱਲ ਮੈਨੂੰ ਇੱਕ ਹੈ ਕਿ ਉਹਨਾਂ ਨੇ ਮੈਨੂੰ ਉਸ ਸਮੇਂ ਦੇ ਵਿੱਚ ਇੱਕ ਸਧਾਰਨ ਅਧਿਆਪਕ ਹੁੰਦੇ ਹੋਏ ਜੋ ਖੁੱਲ੍ਹ ਦਿੱਤੀ ਜੋ ਫ੍ਰੀडम ਦਿੱਤੀ ਮੇਰਾ ਜੀ ਕਹਿੰਦਾ ਵੀ ਉਸ ਤੋਂ ਦੁੱਗਣੀ ਚੌਗਣੀ ਮੈਂ ਆਪਣੇ ਬੱਚਿਆਂ ਨੂੰ ਦਵਾ ਹੈਨਾ ਜੇ ਕਿਤੇ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਫਾਦਰ ਨੇ 10ਵੀਂ 11ਵੀਂ ਕਲਾਸ ਤੋਂ ਬਾਅਦ ਕਦੇ ਵੀ ਨਹੀਂ ਛਿੜਕਿਆ ਤਾਂ ਤਾਂ ਹੀ ਮੇਰਾ خیال ਮਸੀਰthora ਨੂੰ ਹੁਣ ਤੱਕ ਕਦੇ ਜਾਏ ਯਕੀਨ ਕੀਤਾ ਵੀ ਨਹੀਂ ਉਹ ਜਦੋਂ ਮੇਰੇ ਤਾਏ ਚਾਚੇ ਕੁੱਟਦੇ ਸੀ ਆਪਣੇ ਬੱਚਿਆਂ ਨੂੰ ਮੇਰੇ ਫਾਦਰ ਨੇ ਇਸ ਤਰ੍ਹਾਂ ਸੰਭਾਲਿਆ ਕਿਵੇਂ ਸਾਨੂੰ ਸਟੱਡੀ ਦੇ ਵਿੱਚ ਖੁੱਲ੍ਹ ਦਿੱਤੀ ਕਿਵੇਂ ਮੈਨੂੰ ਸਬਜੈਕਟ ਚੁਣਨ ਦੀ ਖੁੱਲ੍ਹ ਦਿੱਤੀ ਉਹਨਾਂ ਦਾ ਜਿਹੜਾ ਜਿਗਰਾ ਸੀ ਬਹੁਤ ਵੱਡਾ ਸੀਗਾ ਦੂਜਾ ਕਦੇ ਮੇਰੇ ਪਾਪਾ ਨੇ ਕਦੇ ਮੈਤੂੰ ਇਹ ਨਹੀਂ ਰੱਖੀ ਸੀ ਕਿ ਇਹ ਕਮਾਉਣ ਲੱਗ ਗਿਆ ਤਾਂ ਮੈਨੂੰ ਘਰੇ ਪੈਸੇ ਦੇ ਕੇ ਜਾਵੇ ਅੱਜ ਤੱਕ ਨਹੀਂ ਮੈਂ ਮੇਰੇ ਕਦੇ ਚਿੱਤ-ਚੇਤੇ 'ਚ ਵੀ ਨਹੀਂ ਮੇਰੇ ਪਾਪਾ ਨੇ ਕਦੇ ਮੈਨੂੰ ਲੰਬਾ ਵੀ ਦਿੱਤਾ ਹੋਵੇ ਕਿ ਮੈਨੂੰ ਪੰਜੀ ਦੇ ਜਾਂ ਦਿੱਤੀ ਨਹੀਂ ਉਹੀ ਮੈਂ ਇਹਨਾਂ ਨੂੰ ਕਹਿੰਦਾ ਹੁਣਾਂ ਵੀ ਤੁਸੀਂ ਆਪਣਾ ਕਮਾਓ ਖਾਓ ਸੋ ਜਿਹੜੀ ਇਹ ਗੱਲਾਂ ਨੇ ਉਹਨਾਂ ਦੀਆਂ ਨਾ ਪਿਓਰਟੀ ਦੀਆਂ ਗੱਲਾਂ ਨੇ ਉਹ ਮੇਰੇ ਹਜੇ ਤੱਕ ਪਈਆਂ ਨੇ ਤਾਂ ਮੈਨੂੰ ਲੱਗਦਾ ਕਿ ਮੈਂ ਉਹਨਾਂ ਕ ਪਿਓਰ ਹੋ ਸਕਾਂ ਔਰ ਦੂਜਾ ਉਹਨਾਂ ਦਾ ਇਹ ਹੁੰਦਾ ਸੀ ਕਿ ਵੀ ਜੇ ਵੀ ਕਿਸੇ ਦੀ ਮੈਂ ਮਦਦ ਨਹੀਂ ਕਰ ਸਕਦੇ ਸੀ ਤਾਂ ਤੜਫਦੇ ਜੇ ਰਹਿੰਦੇ ਹੁੰਦੇ ਸੀ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਮਦਦ ਕਰਾਂ ਸੋ ਇੱਥੇ ਜਿੱਥੇ ਮੇਰਾ ਕਿਤੇ ਵਾਸ ਚੱਲਦਾ ਹੁੰਦਾ ਮੈਨੂੰ ਆਦਾ ਹੁੰਦਾ ਕਿ ਮੇਰਾ ਫਾਦਰ ਜੀ ਕਿਤੇ ਤੜਪ ਮਹਿਸੂਸ ਕਰਦਾ ਸੀ ਨਹੀਂ ਕਰ ਸਕੇ ਕਿਸੇ ਦੀ ਮਦਦ ਤਾਂ ਮੇਰੇ ਜਿੰਨਾ ਖੱਤ ਵਾਸ ਹੈਗਾ ਮੈਂ ਕਰਾਂ ਉਹ ਜਿਵੇਂ ਅਸੀਂ ਅੱਜ ਸਵੇਰੀ ਗੱਲ ਕਰਦੇ ਸੀ ਵੀ ਜੇ ਸਾਡਾ ਫਲਾਂ ਕੰਮ ਚੱਲ ਪਿਆ ਸੀਰੂ ਤਾਂ ਸਿਰਤ ਇਹਨੂੰ ਘਰੇ ਸਿਰੂ ਕਹਿੰਦਾ ਨਾ ਵੀ ਸਿਰੂ ਜਿਉਂ ਕੰਮ ਚੱਲ ਪਿਆ ਤਾਂ ਉਹਦੇ ਵਿੱਚੋਂ ਮੈਂ ਜਿਹੜਾ 10% ਆ ਉਹ ਮੈਂ ਆਪਣਾ ਅਲੱਗ ਢੱਕ ਕੇ ਰੱਖਣਾ ਉਹ ਕਿਸੇ ਦੀ ਮਦਦ ਲਈ ਰੱਖਣਾ ਉਹ ਅਸੀਂ ਅੱਜ ਹੀ ਸੇਪਾਰੇ ਸੀ ਆਪਣੇ ਕਿਸੇ ਕੰਮ ਵਿੱਚ ਨੂੰ ਸਪੈਚ ਪੂਰਾ ਪੂਰਾ ਪਲਾਨ ਬਣ ਰਿਹਾ ਸੀ ਸੋ ਵਾਰਿਸ ਕਹ ਰਿਹਾ ਸੀ ਤੁਸੀਂ 10 ਤਾਂ ਆਪਣਾ ਪਹਿਲਾਂ ਹੀ ਰੱਖ ਲਿਆ ਬਾਅਦ ਮੈਂ ਕਿਹਾ ਮੈਂ ਆਪਣੇ ਲਈ ਨਹੀਂ ਰੱਖਿਆ ਕਿਸੇ ਹੋਰ ਲਈ ਰੱਖਿਆ ਸੋ ਮੈਂ ਆਪਣੇ ਫਾਦਰ ਤੋਂ ਸਿੱਖਿਆ ਇਹ ਜੀ ਸੋ ਬੜਾ ਕੁਝ ਸਿੱਖਿਆ ਹੈ ਦੇਖੋ ਸਾਰਿਆਂ ਨੇ ਜਾਣਾ ਹੈ ਦੁਨੀਆ ਤੋਂ ਕਿਸੇ ਨੇ ਪਹਿਲਾਂ ਕਿਸੇ ਨੇ ਪਿੱਛੋਂ ਇੰਨਾ ਹੈ ਕਿ ਉਹ ਤੰਦਰੁਸਤ ਗਏ ਨੇ ਇੱਕ ਕਹਿੰਦੇ ਵੀ ਹੁੰਦੇ ਸੀ ਇਹ ਰਾਣਾ ਯਾਰ ਮੈਂ ਤੰ ਭਗ ਜਾਂ ਦੁਨੀਆ ਤੋਂ ਜੇ ਮੈਂ ਬਿਮਾਰ ਬਮੂਰ ਹੋ ਗਿਆ ਨਾ ਮੇਰੇ ਟੀਕਾ ਲਵਾਉਂਦੀ ਮੈਨੂੰ ਐਸਾ ਯਾਰ ਟੀਕਾ ਲ ਆਉਣ ਵਾਲੀ ਨਾ ਆਵੇ ਸੋ ਗਏ ਵੀ ਕੁਦਰਤੀ ਇਸੇ ਤਰ੍ਹਾਂ ਹੱਸਦੇ ਖੇਡਦੇ ਗਏ ਨੇ ਦੁਨੀਆ ਤੋਂ ਥੈਟਸ ਵੰਡਰਫੁਲ ਤੁਸੀਂ ਜਦੋਂ ਅਸੀਂ ਇਹ ਦੇਖਦੇ ਹੁੰਦੇ ਸੀ ਦੋਵਾਂ ਨੂੰ ਦਾਦਾ ਜੀ ਨੂੰ ਤੇ ਫਾਦਰ ਸਾਹਿਬ ਨੂੰ ਕਿਹੋ ਜੀ ਰਿਲੇਸ਼ਨਸ਼ਿਪ ਲੱਗਦੀ ਸੀ ਤੁਹਾਡੇ ਪਰਸਪੈਕਟਿਵ ਤੋਂ ਤੇ ਦੇ ਵਰ ਲਾਈਕ ਜਿਵੇਂ ਮੈਂ ਕਹਿ ਸਕਦੀਆਂ ਕਿ ਕਲੋਸ ਸੀਗੇ ਤੇ ਆ ਬਡੇ ਪਾਪਾ ਮੈਂ ਬਡੇ ਪਾਪਾ ਕਹਿੰਦੀ ਸੀ ਦਾਦਾ ਜੀ ਨੂੰ ਆ ਬਡੇ ਪਾਪਾ ਤੇ ਪਾਪਾ ਦੇ ਵਿੱਚ ਆਪਾਂ ਕਹਿ ਸਕਦੇ ਇੱਕ ਅੰਡਰਸਟੈਂਡਿੰਗ ਵੀ ਸੀਗੀ ਤੇ ਇਹਨਾਂ ਨੇ ਕੁਝ ਸਮਾਂ ਜਦੋਂ ਮੈਂ ਕੈਨੇਡਾ ਆ ਗਈ ਸੀਗੀ ਆ ਪਾਪਾ ਇੰਡੀਆ ਸੀਗੇ ਤੇ ਪਾਪਾ ਦੇ ਬਡੇ ਪਾਪਾ ਨੇ 6 ਮਹੀਨੇ ਫਿਰ ਇਕੱਲੇ ਉਹਨਾਂ ਨੇ ਨਾ ਕਰੇ ਫਿਰ ਇਕੱਠੇ ਬਹਿ ਕੇ guzare ਤੇ ਮੈਨੂੰ ਬਡੇ ਪਾਪਾ ਦਾ ਇੱਕ ਵਾਰ ਫੋਨ ਆਇਆ ਮੈਂ ਗੱਲ ਵੀ ਕਰ ਰਹੇ ਸੀਗੇ ਕਹਿੰਦੇ ਅਸੀਂ ਤਾਂ ਜਿਵੇਂ ਮੁੰਡੇ ਰਹੇ ਗੁੰਡੇ ਰਹਿੰਦੇ ਹੁੰਦੇ ਨਾ ਹੌਸਟਲ ਅਸੀਂ ਤਾਂ ਓਵੇਂ ਰਹੇ ਤੇ ਆ ਬਾਕੀ ਬਡੇ ਪਾਪਾ ਦੇ ਨਾਲ ਮੇਰਾ ਵੀ ਬਹੁਤ ਉਸ ਬੌਂਡ ਸੀਗਾ ਮੈਨੂੰ ਆਪਣਾ ਵਕੀਲ ਕਹਿੰਦੇ ਹੁੰਦੇ ਸੀਗੇ ਘਰੇ ਕਿਸੇ ਨਾਲ ਵੀ ਹੋਊਗਾ ਮੇਰਾ ਵਕੀਲ ਬੋਲੂ ਮੇਰੇ ਲਈ ਤੇ ਉਹ ਬਸ ਇਹਨਾਂ ਦਾ ਰਿਲੇਸ਼ਨ ਮੈਨੂੰ ਐ ਲੱਗਦਾ ਕਿ ਜਿਵੇਂ ਜਿਸ ਤਰੀਕੇ ਨਾਲ ਪਾਪਾ ਸਾਡੇ ਨਾਲ ਨੇ ਤੇ ਉਹ ਕਿਤੇ ਨਾ ਕਿਤੇ ਤਾਂ ਔਮ ਬਡੇ ਪਾਪਾ ਤੋਂ ਹੀ ਆਉਂਦਾ ਆਬੀਸਲੀ ਜਿਵੇਂ ਬਡੇ ਪਾਪਾ ਨੇ ਘਰੇ ਗੁੰਗੁਣਾਉਂਦੇ ਰਹਿਣਾ ਕੁਛ ਨਾ ਕੁਛ ਨਾ ਉਹਨਾਂ ਨੂੰ ਗਾਣੇ ਗਾਉਣ ਦੀ ਬਹੁਤ ਆਦਤ ਸੀ ਪਾਪਾ ਨੂੰ ਐ ਤੇ ਇੱਥੇ ਤੱਕ ਇੰਨੀ ਆਦਤ ਹੈ ਕਿ ਜਿਵੇਂ ਆਪਾਂ ਟਵਿੰਕਲ ਟਵਿੰਕਲ ਕਹਿੰਦੇ ਹੁੰਨੇ ਆ ਮੈਂ ਆਪਣੇ ਫਰੈਂਡਸ ਨੂੰ ਕਹੂੰਗੀ ਤੁਸੀਂ ਉਹ ਵਾਲੀ ਸੋਹਣੀ ਐ ਪੋਇਮ ਉਹ ਕਹਿੰਗੇ ਨਹੀਂ ਮੈਂ ਘਰੇ ਆ ਕੇ ਦੱਸੂ ਉਹਨਾਂ ਨੇ ਸੁਣੀ ਪਾਪਾ ਕਹਿੰਦੇ ਤਾਂ ਮੈਂ ਬਣਾਈ ਹੋਈ ਐ ਸੋ देयर ਆ ਲਾਈਕ ਸੋ ਮੇਨੀ ਪੋਮਸ ਜਿਹੜੇ ਬੱਚਿਆਂ ਨੇ ਟਵਿੰਕਲ ਟਵਿੰਕਲ ਸੁਣੀ ਐ ਤੇ ਜਿਹੜੀ ਮੈਨੂੰ ਐ ਲੱਗਦੀ ਆ ਨੇ ਕਿ ਬਹੁਤ ਨਾਰਮਲ ਨੇ ਪਰ ਉਹ ਸਿਫ ਮੈਨੂੰ ਪਤਾ ਨੇ ਬਿਕੋਜ਼ ਉਹ ਪਾਪਾ ਰੇਤੇ ਬੜੇ ਪਾਪਾ ਦੀ ਵੀ ਗੁੰਗਣਾਉਣ ਦੀ ਆਦਤ ਹੁੰਦੀ ਸੀ ਜੀ ਮੈਂ ਬੜੇ ਪਾਪਾ ਰਹਿਣਾ ਬਾ ਬਾ ਬਲੈਕ ਸੀਪਾ ਹੈਵ ਯੂ ਐਨੀ ਭੂਲਾ ਐ ਕਿ ਜਵਾ ਕਰਗੇ ਕਿਉਂ ਨਾ ਸੁਨਾਰੀ ਹੁਣ ਇਹਨਾਂ ਨੂੰ ਆਤ ਪਈਏ ਜੇ ਕਿਤੇ ਮੈਂ ਚੁੱਪ ਕਰ ਜਾ ਉਹ ਥੋੜੀ ਬਾ ਬਾ ਬਲੈਕ ਸੀਪ ਮਿਲ ਗਦੇ ਸੋ ਇਹ ਗੁਣਗਣਾਉਣ ਦੀ ਆਤ ਪਾਪਾ ਤੋਂ ਆਈ ਹੋਈ ਹੈ ਹਾਂ ਨਹੀਂ ਹੋਰ ਵੀ ਬਹੁਤ ਆਤਾ ਹੋਣਗੇ ਪਰ ਹੁਣ ਮੈਨੂੰ ਐ ਲੱਗ ਰਿਹਾ ਕਿ ਸਾਡੇ ਜਿਹੜੇ ਸੁਣਨ ਵਾਲੇ ਹਨ ਥੋੜੇ ਜੇ ਇੰਪੇਸ਼ੀਐਂਟ ਹੋ ਰਹੇ ਫੋਨ ਲਾਈਨਾਂ ਆਲਰੇਡੀ ਵੱਜੀ ਜਾ ਰਹੀਆਂ ਨੇ ਕੰਟੈਸਟ ਦਾ ਵਾਦਾ ਕੀਤਾ ਵਿਨ ਹਰ ਦਿਨ ਕੰਟੈਸਟ ਸਟ ਹੈ ਫਾਰਮ ਐਂਡ ਸਪਾਈਸ ਵੱਲੋਂ 25 ਡਾਲਰ ਦਾ ਗਿਫਟ ਕਾਰਡ ਅਸੀਂ ਦੇ ਰਹੇ ਹਾਂ ਤੇ ਤੁਸੀਂ ਟੀ-ਸ਼ਰਟ ਸਾਈਨ ਕਰਕੇ ਆਪਣੇ ਫੈਨਸ ਨੂੰ ਅੱਜ ਦੇਣੀਆਂ ਨੇ ਜੇ ਕੋਈ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੁੰਦਾ ਤਾਂ ਪਲੀਜ਼ ਕਰੋ ਅੱਜ ਦੀ ਗੱਲਬਾਤ ਜੇ ਰਾਣਾ ਰਣਵੀਰ ਹੋਰਾ ਨਾਲ ਤੇ ਸੀਰਤ ਨਾਲ ਤੁਸੀਂ ਧਿਆਨ ਨਾਲ ਸੁਣੀ ਹੈ ਤਾਂ ਕੰਟੈਸਟ ਦੇ ਜਿਹੜੇ ਜਵਾਬ ਹੈ ਉਹ ਇਹਦੇ ਵਿੱਚ ਹੀ ਲੁਕੇ ਹੋਏ ਆ ਬਹੁਤ ਹੀ ਆਸਾਨ ਜੇ ਸਵਾਲ ਤੁਹਾਨੂੰ ਪੁੱਛਨੇ ਆ ਤੁਸੀਂ ਕੀ ਕਰਨਾ ਸਿਰਫ ਕਾਲ ਕਰਨੀ ਹੈ 6045610915 6045610915 will be right back after this short break ਇਸੇ ਤਰ੍ਹਾਂ ਸੁੰਦਰੋ ਕਨੈਕਟ FM91.5 ਅਸਲੀ ਰੇਡੀਓ ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਸਲੀ ਰੇਡੀਓ ਸਮਾਂ ਹੋ ਗਿਆ ਤੁਹਾਡੀਆਂ ਗੋਲਾਂ ਲੈਂਡ ਦਾ ਅੱਜ ਜਿੱਨ ਹਰ ਦਿਨ ਕਾਂਟੈਸਟ ਦੇ ਵਿੱਚ ਤੁਹਾਨੂੰ ਮੌਕਾ ਦੇ ਰਹੇ ਹਾਂ ਫਾਰਮਨ ਸਪਾਈਸ ਦਾ 20 ਡਾਲਰ ਦਾ ਗਿਫਟ ਕਾਰਡ ਜਿੱਤਣ ਦਾ ਤੇ ਨਾਲ ਹੀ ਇੱਕ ਬੋਨਸ ਰਾਣਾ ਰਣਵੀਰ ਹਰਾ ਮਤਲਬ ਸਾਈਨ ਕੀਤੀ ਹੋਈ ਕਨੈਕਟ ਐਫ ਐਮ ਦੀ ਟੀ-ਸ਼ਰਟ ਕੌਣ ਜਿੱਤੇਗਾ लेट्स ਫਾਈਂਡ ਆਊਟ 60450180915 ਸਾਡਾ ਫੋਨ ਨੰਬਰ ਲਾਈਨ 1 ਜਸਪ੍ਰੀਤ ਹੈਲੋ ਹਾਈ ਜਸਪ੍ਰੀਤ ਕੀ ਹਾਲ ਚਾਲ ਠੀਕ ਹਾਂ ਤੁਸੀਂ ਦੱਸੋ ਹਲਕੀ ਤੁਸੀਂ 20 ਮਿੰਟ ਤੋਂ ਹੋਲਡ ਤੇ ਹੋ ਇਸ ਵੇਲੇ ਯਾਰ ਇਟਸ 25 ਮਿੰਟ ਐਕਟਲੀ 25 ਮਿੰਟਸ ਤੋਂ ਹੋਲਡ ਤੇ ਹਾਂ ਵਾਹ ਜੀ ਵਾਹ ਥੈਟਸ ਡੈਡੀਕੇਸ਼ਨ ਥੈਟਸ ਇਨਕ੍ਰੈਡਿਬਲ ਥੈਂਕ ਯੂ ਐਂਡ ਸਸਿਕਾ ਜਨ ਜੀ ਐਂਡ ਸਸਿਕਾ ਜੀ ਸਸਿਕਾ ਜੀ ਅ ਸੀਰ ਤੈਨੂੰ ਵੀ ਸਸਿਕਾ ਕਹਿ ਰਹੇ ਨੇ ਸਸਿਕਾ ਸੋ ਰੈਡੀ ਹੋ ਅਜ ਦੇ ਕੰਟੈਸਟ ਵਾਸਤੇ ਜਸਪ੍ਰੀਤ ਆਈ ਥਿੰਕ 2016 ਸੇ ਬਿਲਕੁਲ ਨਕਲ ਮਰਵਾ ਦਾਂਗੇ ਆਪਾਂ ਪਰਚੀ ਦੇ ਦਾਂਗੇ ਠੀਕ ਹੈ ਜਸਪ੍ਰੀਤ ਅਮ ਜਸਪ੍ਰੀਤ ਸਭ ਤੋਂ ਪਹਿਲਾ ਸਵਾਲ ਹੈ ਕਿ ਰਾਣਾ ਪਾਜੀ ਹੋਰਾਂ ਦੇ ਕਿੰਨੇ ਬੱਚੇ ਨੇ ਦੋਵਾਂ ਦੀ ਏਜ ਕੀ ਹੈ ਤੇ ਦੋਵਾਂ ਦੇ ਨਾਂ ਕੀ ਹੈ ਓਕੇ ਸੀਰਤ ਐਂਡ ਇਸ ਸੀਰਤ ਇਸ ਟਰਨਿੰਗ 22 ਐਂਡ ਬੇਟਾ ਇਸ ਇਨ ਦਾ ਵਾਟਰ ਐਂਡ ਉਹ ਐਕਚੁਅਲ ਛੋਟੇ ਨੇ ਸੋ ਆਈ ਬਲੀਵ 14 ਯਾ yeah. ਉਹ ਵਾਜੀ ਵਾ ਕਮਾਲ ਕਰ ਦਿੱਤੀ ਅ ਔਰ ਜਦੋਂ ਗੱਲਬਾਤ ਹੋ ਰਹੀ ਸੀ ਇਹਨਾਂ ਦੇ ਪਿਛੋਕੜ ਬਾਰੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿੱਥੋਂ ਨੇ ਰਾਣਾ ਰਣਵੀਰ ਜੀ ਹਾਂ ਤੁਸੀਂ ਜੇ ਧਿਆਨ ਨਾਲ ਸੁਣਿਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕਿੱਥੋਂ ਨੇ originally I think I guess ਪਟਿਆਲਾ ਵੀ ਨੇ ਚਲੋ ਪਟਿਆਲਾ ਵੀ ਮੰਨ ਲੈਂਦੇ ਆ ਕਿਉਂਕਿ ਉੱਥੇ ਬਹੁਤ ਦੇਰ ਪੜਾਇਆ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੈਟਸ ਓਕੇ ਸੀਰਦੀ ਪਹਿਲੀ ਮੂਵੀ ਕਿਹੜੀ ਸੀ ਅ ਅਰਦਾਸ ਚਲੋ ਆ ਵੀ ਦੇ ਦਿੱਤਾ ਜਸਪ੍ਰੀਤ اٹ ਵਾਸ ਅਰਦਾਸ ਕਰਾ ਥਰ ਵਾਸ ਦ ਸੈਕੰਡ ਫਿਲਮ ਬਟ ਦੈਟਸ ਓਕੇ ਕੋਈ ਗੱਲ ਨਹੀਂ ਕੰਗratulations ਫਾਰ ਮੈਂ ਸਪਾਈਸ ਦਾ ਗਿਫਟ ਕਾਰਡ ਆ 25 ਮਿੰਟ ਤੁਸੀਂ ਹੋਲਡ ਕੀਤੀ ਲਾਈਨ ਤੇ 25 ਡਾਲਰ ਦੇ ਦਿੰਦੇ ਤੁਹਾਨੂੰ 25 ਡਾਲਰ ਦੇ ਦਿੰਦੇ ਨੋ ਆਈ ਵੰਟ ਟੂ ਸੇਮ ਸੋਮਥਿੰਗ ਹਾਂਜੀ ਜ਼ਰੂਰ ਜ਼ਰੂਰ ਰਾਣਾ ਕੈਨ ਬੀ ਇਫ ਯੂ ਰਿਮੈਂਬਰ ਅ ਪ੍ਰਿੰਸੀਪਲ ਕੀ ਗੱਲ ਹੋਈ ਹੈ ਇੱਕ ਦੋ ਵਾਰ ਆ ਮੇਰੀ ਬੇਟੀ ਦਾ ਨਾਮ ਬੱਤਕ ਹੈ ਹਾਂਜੀ ਹਾਂ ਹਾਂ ਬਰਕਤ ਤੋਂ ਜ਼ਰੂਰ ਜ਼ਿਆਦਾ ਹੈ ਜਸਪ੍ਰੀਤ ਤੋਂ ਨਹੀਂ ਜ਼ਿਆਦਾ ਹੈ ਬਰਕਰ ਤੋਂ ਜ਼ਿਆਦਾ ਹੈ ਲੱਗਦੀ ਹੈਂ ਤੁਸੀਂ ਮੈਂ ਦੇਖਿਆ ਸੀ ਤੁਹਾਡਾ ਚਰਮਨ ਅੱਛੇ ਤੇ ਫਾਇਰ ਹੋਇਆ ਸੀ ਰਾਈ ਹਾਂਜੀ ਅੱਜ ਜਿਹੜੇ ਗੱਲ ਸੁਣਨ ਵਾਲਿਆ ਤਾਂ ਮੈਂ ਫੋਨ ਲੈ ਕੇ ਬੈਠੀ ਨੇ ਉਹ 哦 ਸੋ ਨਾਈਸ ਆਫ ਯੂ ਜਸਪ੍ਰੀਤ ਥੈਂਕ ਯੂ ਜੀ ਥੈਂਕ ਯੂ ਔਰ ਮੁਬਾਰਕਾ ਤੁਹਾਨੂੰ ਜਿੱਤਣ ਲਈ ਆ ਥੈਂਕ ਯੂ ਸੋ ਮੱਚ ਥੈਂਕ ਯੂ ਫਾਰ ਕਾਲਿੰਗ ਜਸਪ੍ਰੀਤ ਕੰਗratulations ਹੋਲਡ ਦ ਲਾਈਨ ਥੋੜੀ ਸਾਰੀ ਇਨਫੋਰਮੇਸ਼ਨ ਅਸੀਂ ਲਾਣੇ ਆ ਠੀਕ ਹੈ ਹਾਂਜੀ ਓਕੇ ਜੀ ਹੁਣ ਜਿਨ੍ਹਾਂ ਜਿਨ੍ਹਾਂ ਨੇ ਹੋਲਡ ਕੀਤਾ ਹੋਇਆ ਨਿਰਾਸ਼ ਮੈਂ ਕਿਸੇ ਨੂੰ ਨਹੀਂ ਹੋਣ ਦੇਣਾ ਰਾਣਾ ਭਾਜੀ ਨੂੰ ਅਸੀਂ ਰੱਖਿਆ ਹੋਇਆ ਇੱਥੇ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਤੁਹਾਡੇ ਵਾਸਤੇ ਸਾਈਨ ਕਰਕੇ ਜਾਣੀਆਂ ਨੇ ਆਸੋ ਜੇ ਗੱਲਬਾਤ ਕਰਨੀ ਹੈ ਤਾਂ ਤੁਹਾਨੂੰ ਚਾਂਸ ਦੇ ਰਹੇ ਹਾਂ ਉਹਨਾਂ ਨਾਲ ਗੱਲ ਕਰਨ ਦਾ ਸਿਰਤ ਨਾਲ ਗੱਲ ਕਰਨ ਦਾ ਇਫ ਯੂ ਹੈਵ ਐਨੀ ਕੁਐਸਚਨਸ ਯੂ ਕੈਨ ਆਸਕ ਸੁਪ੍ਰੀਤ ਹੈਲੋ ਮੈਂ ਆਪ ਵੀ 6 ਮਿੰਟਸ ਤੋਂ ਹੋਲਡ ਤੇ ਮੈਂ ਦੇਖ ਰਹੀ ਹਾਂ ਪੂਰੇ 26 ਮਿੰਟਸ ਇਹਨੂੰ ਕਹਿੰਦੇ ਡੈਡੀਕੇਸ਼ਨ ਟਰੂ ਫੈਨ ਇਹ ਵੀ ਵਧੀਆ ਗੱਲ ਪਤਾ ਕੀ ਸੀ ਮੈਂ ਡਰਾਈਵ ਕਰ ਰਿਆ ਸੀ ਮੈਂ ਥੋੜਾ ਸਮਾਨ ਲਾਣਾ ਸੀ ਮੈਂ ਕਿਹਾ ਸਿੱਧਾ ਹੀ ਏਦੀ ਕਾਲ ਕਰਾਂ ਅੱਛਾ ਕਮਾਲ ਕਰ ਦਿੱਤੀ ਸੁਪ੍ਰੀਤ ਐਨੀ ਕੁਐਸਚਨ ਯੂ ਹੈਵ ਫॉर ਰਾਣਾਪਾ ਜੀ ਇਹ ਟੋਲ ਇਹ ਤੁਹਾਡਾ ਵਧੀਆ ਮੌਕਾ ਸਸਿਕਾ ਰਾਣਾਪਾ ਜੀ ਸਸਿਕਾ ਉਹ ਸੀ ਸਸਿਕਾ ਲਾਸੀ ਸਵਰਨਾ ਪਾਵਰ ਮੇਲੇ ਸੀ ਰਾਣਾ ਰਾਣਾਪਾ ਜੀ ਨੂੰ ਓ ਅੱਛਾ ਸਸਿਕਾ ਸੁਪ੍ਰੀਤ ਜੀ ਹਾਂਜੀ ਹੋਰ ਕਿਦਾ ਭਾਜੀ ਵਧੀਆ ਚੱਡਦੀ ਕਲਾ ਮੌਜਾਂ ਤੁਸੀਂ ਸੁਣਾਓ ਠੀਕ ਠਾਕ ਹਾਂ ਬਸ ਵਧੀਆ ਵਧੀਆ ਭਾਜੀ ਤੁਹਾਡੀਆਂ ਫਿਲਮਾਂ ਨੂੰ ਮਿਸ ਕਰ ਰਹੇ ਹਾਂ ਜਲਦੀ ਜਲਦੀ ਹੁਣ ਫਿਲਮਾਂ ਲਿਆਓ ਹਾਂਜੀ ਜ਼ਰੂਰ ਜਲਦੀ ਆਉਣਗੀਆਂ ਪੋਸਟੀ ਰਿਲੀਜ਼ ਤੇ ਸੀ ਪੋਸਟਪੋਨ ਕਰਨੀ ਪਈ ਤੇ ਜਦੋਂ ਇਹ ਅਨਾਉਂਸਮੈਂਟ ਹੋ ਜਲਦੀ ਤੁਸੀਂ ਆਉਂਗੇ ਤੇ ਮੇਰੀਆਂ ਨਵੀਆਂ ਸ਼ਰਾਰਤਾਂ ਦੇਖਣੀਆਂ ਸੁਣਨੀਆਂ ਹੁੰਦੀਆਂ ਨੇ ਤਾਂ ਤੁਸੀਂ ਮੇਰਾ YouTube ਚੈਨਲ ਅਫੀਸ਼ੀਅਲ ਰਾਣਾ ਰਣਵੀਰ ਹੈਗਾ ਉੱਥੇ ਜਾ ਸਕਦੇ ਹੋ ਜ਼ਰੂਰ ਭਾਜੀ ਜ਼ਰੂਰ ਆਪਾਂ ਜਲਦੀ ਸਬਸਕ੍ਰਾਈਬ ਕਰਾਂਗੇ ਤੇ thank you so thank much, you so thank, much. You, thank, thank you so much thank you supreet enough you wait ki te. love you <laughs> oh thank you Bhaji. Thank, thank you Jay. So thank you so much for calling supreet bahut bahut shukriya How? all right we are gonna find out who's next we have suzina hi hi, hi suzina ki chal toda ਬਾਜੀ ਠੀਕ ਆ ਜੀ نو ਯੂ ਕੁੱਡ ਕਾਲ ਹਾਫ ਅਨ ਆਵਰ ਇਨ ਐਡਵਾਂਸ ਬਲ ਲੱਗੇ ਹੋਇਆ ਹੋਲਡ ਤੇ ਜਿਹੜੇ ਡੈਡੀਕੇਟਿਡ ਫੈਨਸ ਨੇ ਸਾਡੇ ਦੇਖ ਲਓ ਜਦੋਂ ਸਟਾਰਟ ਸ਼ੁਰੂ ਹੋਏ ਤਾਂ ਅਸੀਂ ਫੋਨ ਤੇ ਸੁਣੀਏ ਤੇ ਫੋਨ ਤੇ ਆਨ ਕਰ ਲਈਓ ਬੈਟਰ ਹੈ ਨਾ ਸੂਜ਼ੀ ਨਾ ਤੁਹਾਡੀ ਆਵਾਜ਼ ਰਾਣਾ ਜੀ ਵੀ ਸੁਣ ਰਹੇ ਨੇ ਇਸ ਵੇਲੇ ਜੇ ਕੋਈ ਉਹਨਾਂ ਵਾਸਤੇ ਕੋਈ ਸਵਾਲ ਹੋਵੇ ਤੁਹਾਡੇ ਜ਼ਹਿਨ ਦੇ ਵਿੱਚ ਜ਼ਰੂਰ ਪੁੱਛ ਸਕਦਾ ਨਾ ਹੀ ਇਜ਼ ਅ ਵੈਰੀ ਵੈਰੀ ਗੁੱਡ ਕਾਮੇਡੀਅਨ ਕੀਪ ਇਟ ਆਫ ਵਿਦ ਵਾਟਐਵਰ ਯੂ ਆ ਡੂਇੰਗ ਲੱਗਦਾ ਥੋੜੀ ਫਿਲਮਾਂ ਵੇਖ ਕੇ ਐਂਡ ਯੂ ਆ ਤੁਹਾਡਾ ਨੈਕਸਟ ਅਪਕਮਿੰਗ ਸਟਾਰ ਗੁੱਡ ਲੱਕ ਗੁੱਡ ਵਿਸ਼ ਐਂਡ ਯੂ ਗਾਇਜ਼ ਲਿਵ ਇਨ ਵੈਨਕੂਵਰ ਐਂਡ ਦੈਟ ਵਾਸ ਮਾਈ ਕੁਐਸਚਨ ਅ ਅਸੀਂ ਇੱਥੇ ਕਲੋਵਰ ਡੇਲ ਰਹਿੰਦੇ ਆ ਜੀ ਤੇ ਹਾਂਜੀ ਹਾਂਜੀ ਥੈਂਕ ਯੂ ਮੇਰਾ ਪਰਿਵਾਰ ਇੱਥੇ ਹੀ ਹੈ ਤੇ ਮੈਂ ਆਪਣਾ ਕੰਮ ਮਕਾ ਕੇ ਛੁੱਟੀਆਂ ਕੱਟਣ ਆਇਆ ਸੀ ਛੁੱਟੀਆਂ ਲੰਬੀਆਂ ਹੋ ਗਈਆਂ ਸੋ ਤੁਸੀਂ ਉੱਥੇ ਰਹਿੰਦੇ ਹੋ ਤੇ ਤੁਹਾਡਾ ਪਰਿਵਾਰ ਇੱਥੇ ਹਾਂਜੀ ਮੈਂ ਇਹਨਾਂ ਕੋਲੇ ਜਦੋਂ ਮੈਂ ਦਿਹਾੜੀਆਂ ਲਾਉਣ ਮੈਂ ਪੰਜਾਬ ਜਾਂਦਾ ਤੇ ਰਹਿਣ ਇਹਨਾਂ ਕੋਲੇ ਇੱਥੇ ਆ ਜਾਣਾ ਜੀ ਆ ਵਾਟ ਵਾਟ ਅ ਡੈਡੀਕੇਸ਼ਨ ਹੈ ਥੈਂਕ ਯੂ ਜੀ ਥੈਂਕ ਯੂ ਸਜ਼ੀਨਾ ਥੈਂਕ ਯੂ ਸੋ ਮੱਚ ਫॉर ਕਾਲਿੰਗ ਅਸੀਂ ਕਨੈਕਟ ਅਪ ਇਨ ਦੀ ਟੀ-ਸ਼ਰਟ ਤੁਹਾਨੂੰ ਦੇ ਰਹੇ ਹਾਂ ਸੋ ਹੋਲਡ ਦ ਲਾਈਨ ਐਂਡ ਤੁਹਾਡੀ ਇਨਫੋਰਮੇਸ਼ਨ ਅਸੀਂ ਲੈ ਲੈਣੇ ਆ ਠ ओके थैंक यू। um सुप्रीत ਤੁਸੀਂ ਫੋਨ ਰੱਖ ਦਿੱਤਾ ਪਰ ਤੁਹਾਡੀ ਟੀ-ਸ਼ਰਟ ਕਨੈਕਟ ਐਪ ਐਂ ਤੇ ਵੇਟ ਕਰ ਰਹੀ ਹੈ। ਰਾਣਾ ਰਣਬੀਰ ਜੀ ਸਾਈਨ ਕਰਕੇ ਤੁਹਾਡੇ ਵਾਸਤੇ ਰੱਖਣਗੇ। ਤੁਹਾਨੂੰ ਪਤਾ ਹੈ ਕਿੱਥੇ ਕਾਲ ਕਰਨੀ ਹੈ। ਕਾਲ ਕਰਕੇ ਤੁਸੀਂ ਟੀ-ਸ਼ਰਟ ਆਪਣੀ ਲੈ ਸਕਦੇ ਹੋ। ਇਹ ਕਿੰਨਾ ਕੋਖਾ ਹੈ ਕਿ ਤੁਸੀਂ ਟਰੈਵਲ ਕਰਦੇ ਹੋ, ਬੱਚੇ ਇੱਥੇ ਨੇ। ਆ ਜਿਹੜਾ ਟਾਈਮ ਦੇ ਸਕਣਾ ਪਰਿਵਾਰ ਨੂੰ ਕਿੰਨਾ ਕੁ ਮੁਸ਼ਕਿਲ ਹੋ ਜਾਂਦਾ। ਜ਼ਿੰਦਗੀ 'ਚ ਪਹਿਲੀ ਵਾਰ ਹੀ ਹੋਇਆ ਹੈ ਕਿ ਮੈਂ ਇੰਨਾ ਟਾਈਮ ਆਪਣੇ ਮਾਪੇ ਨਾਲ ਵੀ ਇੱਕ ਛੱਤ ਥੱਲੇ ਇੰਨਾ ਟਾਈਮ ਕਦੇ ਇਕੱਠੇ ਨਹੀਂ ਕੱਢਿਆ। 100 ਦਿਨ ਤੋਂ ਅਸੀਂ ਸਾਰੇ ਇਕੱਠੇ ਹਾਂ ਇੱਕ ਛੱਤ ਥੱਲੇ ਔਰ ਮੇਰਾ ਖਿਆਲ ਅਸੀਂ ਸਾਰਾ ਪਰਿਵਾਰਕ ਦੇ ਬਾਲੀ ਦੇਰ ਲਈ ਲੱਗੀ ਨਹੀਂ ਹੋਏ ਸੋ ਇੱਕ ਡਿਫਰੈਂਟ ਕਿਸਮ ਦਾ એનર્ਜੀ ਇੰਨੀ ਹੈ ਔਰ ਪੇਸ਼ੈਂਸ ਬਹੁਤ ਜਿਆਦੇ ਆਈ ਵੀ ਹੈ ਵਿੱਚ ਦੀ ਕਿਤੇ ਨਾ ਕਿਤੇ ਲੂਜ਼ ਵੀ ਕੀਤੀ ਹੈ ਪਰ ਬੱਚਿਆਂ ਨਾਲ ਇੰਨਾ ਟਾਈਮ ਕੱਟਣਾ 크ਰੀਏਟੀਵਿਟੀ ਵਧੀਆ ਮੇਰੀ ਤਾਂ ਬਹੁਤ ਜਿਆਦੇ ਔਰ ਜਿਹੜਾ ਮੈਂ ਮਿਸ ਕਰਦਾ ਸੀ ਇੰਨਾ ਟਾਈਮ ਬੱਚਿਆਂ ਨੂੰ ਦੇਣਾ ਕਈ ਵਾਰੀ ਕਿ ਰੋਣ ਹੱਕੇ ਹੋ ਜਾਂਦਾ ਅੱਜ ਦੇ ਸਮੇਂ ਵਿੱਚ ਵੀ ਜਦੋਂ ਸ਼ੂਟਿੰਗ ਤੇ ਜਾਂਦਾ ਬੱਚਿਆਂ ਨੂੰ ਪਰ ਵੀ 15 20 ਦਿਨ ਠੀਕ ਨਿਕਲ ਜਾਂਦੇ ਨੇ ਫਿਰ ਮਿਸ ਕਰਨ ਲੱਗ ਜਾਈਦੇ ਇਹਨਾਂ ਨੂੰ ਫਿਰ ਸਫਰ ਇਧਰੋਂ ਜਾਣਾ ਉਧਰ ਆਉਣਾ ਬੱਚੇ ਵੀ ਕਹਿੰਦੇ ਨੇ ਪਾਪਾ ਤੁਸੀਂ ਥੱਕਦੇ ਨਹੀਂ ਫਿਰ ਬੱਚੇ ਜੇ ਥੱਕ ਗਏ ਤਾਂ ਜਿੰਨੇ ਕਿਲੋਮੀਟਰ ਕਰਦੇ ਆ ਉਹਨੇ ਠੀਕ ਰਹਾਗੇ ਸੋ ਆਰਟਿਸਟਾਂ ਦਾ ਬਾਹਰ ਨਿਕਲੂਗਾ ਤਾਂ ਹੀ ਘਰ ਦਾ ਕੰਮ ਚੱਲੂਗਾ ਬਿਲਕੁਲ ਸੋ ਇੱਕ ਹੁਣ ਯੂਜ਼ ਟੂ ਹੋ ਗਿਆ ਪਰ ਇਹ ਕਮਾਲ ਦੇ ਛੁੱਟੀਆਂ ਦਿੱਤੀਆਂ ਨੇ ਕੁਦਰਤ ਨੇ ਸਾਰਿਆਂ ਨੂੰ ਇਹ ਇੰਨੇ ਨੇ ਦਿਨ ਕਿੱਥੇ ਬਤੀਤ ਕਰਨੇ ਸੀ ਸੱਚੀ ਗੱਲ ਇਟਸ ਐਬਸੋਲੂਟਲੀ ਟ੍ਰੂ ਇੱਕ ਹੋਰ ਕਾਲ ਲੈਣੇ ਆਈ نو ਤੁਸੀਂ ਸਾਰੇ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹੋ ਰਾਣਾ ਜੀ ਨਾਲ ਗੱਲ ਕਰਨ ਦਾ ਪਰ ਆਈ ਕ ਇੱਕ ਮੋਰ ਕਾਲ ਕਿਉਂਕਿ ਸਮਾ ਮੈਨੂੰ ਲੱਗਦਾ ਹੁਣ ਇਜਾਜ਼ਤ ਨਹੀਂ ਦੇ ਰਿਹਾ ਪ੍ਰਵੇਸ਼ ਸੰਧੂ ਵੀ ਤਿਆਰ ਨੇ ਖਬਰਾਂ ਦੇ ਬੁਲੇਟਿਨ ਦੇ ਨਾਲ ਇਸ ਵਕਤ ਸਾਡੇ ਨਾਲ ਸੋਨੀਆ ਨੇ ਸੋਨੀਆ ਹੈਲੋ ਹਾਂਜੀ ਕੀ ਹਾਲ ਚਾਲ ਹਾਂਜੀ ਸ੍ਰੀਕਲ ਠੀਕ ਆ ਤੁਸੀਂ ਦੱਸੋ ਸ੍ਰੀਕਲ ਮੈਂ ਵੀ ਠੀਕ ਠਾਕ ਰਾਣਾ ਜੀ ਵੀ ਤੁਹਾਡੀ ਗੱਲ ਸੁਣ ਰਹੇ ਨੇ ਇਸ ਵਕਤ ਜੇ ਕੋਈ ਸਵਾਲ ਹੋਵੇ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ ਆ ਔਰ ਉਹਨਾਂ ਦੀ ਡਾਟਰ ਸੀਰੀਅਲ ਨੂੰ ਵੀ ਸਤਿ ਸ਼੍ਰੀ ਅਕਾਲ ਸੀਰੀਅਲ ਨੂੰ ਵੀ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੀਆਂ ਮੂਵੀਆ ਬਹੁਤ ਜ਼ਿਆਦਾ ਲਾਈਕ ਕਰਦੇ ਆ ਔਰ ਮੇਰੇ ਬੱਚੇ ਵੀ ਸਪੈਸ਼ਲੀ ਬਹੁਤ ਲਾਈਕ ਕਰਦੇ ਆ ਜਿਹੜੀ ਤੁਹਾਡੀ ਮੂਵੀ ਸੀਗੀ ਸਟੋਰੀ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਸਾਡੀ ਮਦਰ ਸੀਗੇ ਹਨਾ ਅਸੀਸ ਅਸੀਸ ਉਹ ਬਹੁਤ ਅਮ ਅੱਛਾ ਬੇਟਾ ਦਸ ਰਿਹਾ ਪਿਛੇ ਬੇਟੀ ਅਸੀਸ ਮੂਵੀ ਕਹਿੰਦੇ ਜੀ ਜੀ ਹਾਂ ਜੀ ਬਹੁਤ ਅੱਛੀ ਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋਨੀਆ ਜੀ ਸੋ ਨਾਈਸ ਆਫ ਯੂ ਦੇਖਦੇ ਰਹੋ ਤੁਹਾਡੇ ਸਭ ਦੀਆਂ ਸ਼ੁਭ ਸ਼ਾਮਾਂ ਚਾਹੀਦੀਆਂ ਨੇ ਥੈਂਕ ਯੂ ਵੈਰੀ ਮਚ ਥੈਂਕ ਯੂ ਸੋਨੀਆ ਹੋਲਦ ਦਾ ਲਾਈਨ ਟੀ-ਸ਼ਰਟ ਤੁਹਾਨੂੰ ਸਾਈਨ ਕੀਤੀ ਹੋਈ ਕਨੈਕਟ FM ਦੀ ਰਾਣਾ ਰਣਵੀਰ ਜੀ ਵੱਲੋਂ ਦਿੱਤੀ ਜਾਵੇਗੀ ਸੋ ਪਲੀਜ਼ ਹੋਲਦ ਦਾ ਲਾਈਨ ਥੈਂਕ ਯੂ ਮੇਰਾ ਜੀ ਨਹੀਂ ਕਰ ਰਿਹਾ ਕਿ ਅੱਜ ਦਾ ਪ੍ਰੋਗਰਾਮ ਖਤਮ ਹੋਵੇ ਪਰ ਟਿਕ ਟਿਕ ਘੜੀ ਦੀ ਇਸ਼ਾਰਾ ਕਰ ਰਹੀ ਹੈ ਕਿ ਬੱਸ ਬੇਟਾ ਹੁਣ ਗੱਲਾਂ ਦਾ ਸਿਲਸਿਲਾ ਬੰਦ ਕਰੋ ਥੈਂਕ ਯੂ ਸੋ ਮੱਚ ਮੈਨੂੰ ਬਹੁਤ 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 ਚੰਗਾ ਲੱਗਾ ਜਦੋਂ ਵੀ ਮਿਊਜ਼ਿਕ ਵਗੈਰਾ ਬਾਰੇ ਗੱਲ ਹੁੰਦੀ ਹੈ ਜਦੋਂ ਫਿਲਮਾਂ ਬਾਰੇ ਗੱਲ ਹੁੰਦੀ ਹੈ ਜਦੋਂ ਤੁਹਾਡੀਆਂ ਲਿਖਤਾਂ ਬਾਰੇ ਗੱਲ ਹੁੰਦੀ ਹੈ ਉਹਦਾ ਆਪਣਾ ਮਜ਼ਾ ਹੈ ਪਰ ਅੱਜ ਜਿਹੜੀ ਗੱਲਬਾਤ ਹੋਈ ਹੈ ਉਹ ਆਪਣਾ ਮਜ਼ਾ ਹੈ ਮੈਨੂੰ ਵੀ ਬਹੁਤ ਵਧੀਆ ਲੱਗਿਆ ਥੈਂਕ ਯੂ ਤਰਨਮ ਬਹੁਤ ਅੱਛਾ ਲੱਗਿਆ ਔਰ ਖਾਸ ਤੌਰ ਤੇ ਆਪਾਂ ਇਨੀ ਦੇਰ ਬਾਅਦ ਮਿਲੇ ਔਰ ਤੁਹਾਡੇ ਬਾਹਨੇ ਸਾਰਿਆਂ ਨਾਲ ਗੱਲ